ਲੱਖਾਂ ਰੁਪਇਆ ਲਾ ਕੇ ਲੋਕ ਵਿਦੇਸ਼ ਜਾ ਰਹੇ ਨੇ ਅਤੇ ਯੂਪੀ ਬਿਹਾਰ ਦੇ ਮਜ਼ਦੂਰ ਸਾਡੇ ਪੰਜਾਬ ਆ ਰਹੇ ਨੇ ਅਤੇ ਹਜ਼ਾਰਾਂ ਲੋਕਾਂ ਨੇ, ਤੁਸੀਂ ਵੀ ਸ਼ਹਿਰ 'ਚ ਜਾਣਦੇ ਹੋ ਉਹਨਾਂ ਲੋਕਾਂ ਨੂੰ, ਅਸੀਂ ਵੀ ਜਾਣਦੇ ਹਾਂ, ਜਿਹੜੇ ਲੋਕ ਇੱਥੇ ਰਹਿ ਕੇ ਲੱਖਾਂ ਰੁਪਇਆ ਕਮਾ ਰਹੇ ਨੇ ਅਤੇ ਆਪਣੇ ਆਪ ਨੂੰ ਲੱਗਦਾ ਵੀ ਇੱਥੇ ਕੰਮ ਨਹੀਂ ਹੈਗਾ। 20 ਕਿੱਲਿਆਂ ਦਾ ਮਾਲਕ ਸਾਡਾ ਕੋਈ ਦੋਸਤ ਕੈਨੇਡਾ ਜਾ ਕੇ ਚੌਕੀਦਾਰੀ ਕਰਦਾ ਰਿਹਾ, ਚੌਕੀਦਾਰੀ ਕਰਕੇ ਉਹਨੂੰ ਲੱਖ ਰੁਪਇਆ ਮਹੀਨਾ ਮਿਲਦਾ ਸੀ, ਲੱਖ ਰੁਪਇਆ ਮਹੀਨਾ ਮਿਲਦਾ ਸੀ। ਉਹ ਲੱਖ ਰੁਪਇਆ ਮਹੀਨਾ ਲੈ ਕੇ ਉੱਥੇ ਖੁਸ਼ ਸੀਗਾ, ਜੇ ਇੱਥੇ ਚੌਕੀਦਾਰੀ ਕਰੋ ਇੱਥੇ 12,000 ਰੁਪਏ ਮਿਲਦਾ। ਸਰਕਾਰੀ ਨੌਕਰੀ, ਪ੍ਰਾਈਵੇਟ ਨੌਕਰੀ, ਬੰਦੇ ਨੂੰ ਆਪਣਾ ਬਿਜ਼ਨਸ ਕੀ ਕਰਨਾ ਚਾਹੀਦਾ? ਜਿਹੜੀਆਂ ਸਰਕਾਰੀ ਜੋਬਸ ਜਿਹੜੇ ਲੋਕ ਕਰ ਰਹੇ ਹੈ ਉਹਨਾਂ ਨੂੰ ਇੱਕ ਗਲਤ ਫਹਿਮੀ ਬਹੁਤ ਵੱਡੀ ਪਾਲੀ ਬੈਠੀ ਆ ਉਹ, ਕਿ ਅਸੀਂ ਕੰਮ ਕਰੀਏ ਨਾ ਕਰੀਏ ਸਾਡਾ ਕੁਝ ਨਹੀਂ ਵਿਕਦਾ, ਸਾਨੂੰ ਤਨਖਾਹ ਮਿਲੀ ਜਾਣੀ। ਬੇਰੁਜ਼ਗਾਰੀ ਦਾ ਇੱਕ ਕਾਰਨ ਇੱਥੇ ਇਹ ਵੀ ਹੈ ਕਿ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਮੁਤਾਬਕ ਕੰਮ ਨਹੀਂ ਮਿਲਦਾ। ਪੈਸੇ ਭਾਵੇਂ ਵੱਧ ਹੋਣ ਲੇਕਿਨ ਉਹਨਾਂ ਨੂੰ ਮੇਰੇ ਵਾਂਗੂ ਟਾਈ ਵੀ ਲੱਗੀ ਹੋਣੀ ਚਾਹੀਦੀ ਹੈ, ਕਾਰ ਵੀ ਹੋਣੀ ਚਾਹੀਦੀ ਹੈ, ਕਾਰ ਨਹੀਂ ਹੋਵੇ ਬਾਈਕ ਹੋਵੇ, ਏਸੀ ਵੀ ਲੱਗਿਆ ਹੋਣਾ ਚਾਹੀਦਾ ਦਫ਼ਤਰ 'ਚ। ਮਤਲਬ ਅਸੀਂ ਮਿਹਨਤ ਕਰਨ ਤੋਂ ਭੱਜ ਰਹੇ ਹਾਂ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਗਾਣੀਆ, ਤੁਸੀਂ ਜੁੜੇ ਹੋ ਸਿਰਲੇਖ ਦੇ ਨਾਲ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਟਾਕ ਵਿਦ ਰਾਜਵੰਤ। ਅੱਜ ਗੱਲ ਕਰਦੇ ਹਾਂ ਕੰਮ ਸੱਭਿਆਚਾਰ ਦੀ, ਵਰਕ ਕਲਚਰ ਦੀ। ਕਦੇ ਸਾਡੇ ਵੱਡੇ ਵਡੇਰੇ ਕਹਿੰਦੇ ਸੀ ਕਿ ਬਹੁਤ ਮਿਹਨਤ ਕਰਦੇ ਸੀ, ਦਿਨ ਰਾਤ ਕੰਮ ਕਰਦੇ ਸੀ। ਅੱਜ ਹਾਲਾਤ ਕੀ ਨੇ? ਅੱਜ ਬੇਰੁਜ਼ਗਾਰੀ ਜ਼ੋਰਾਂ ਸ਼ੋਰਾਂ ਨਾਲ ਲਗਾਤਾਰ ਵੱਧ ਰਹੀ ਹੈ। ਸਿਸਟਮ 'ਚ ਕਮੀ ਹੈ, ਸਰਕਾਰਾਂ 'ਚ ਕਮੀ ਹੈ ਕਿ ਸਾਡੇ 'ਚ ਕਮੀ ਹੈ? ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਕੈਰੀਅਰ ਕੋਚ ਰਾਜਵੰਤ ਸਿੰਘ ਮੋਹਾਲੀ ਜੀ ਦੇ ਨਾਲ। ਸਰ, ਤੁਸੀਂ ਅਕਸਰ ਵੈਸੇ ਤਾਂ ਬਿਜ਼ਨਸ ਨੂੰ ਤਰਜੀਹ ਦਿੰਦੇ ਹੋ, ਸਰਕਾਰੀ ਨੌਕਰੀ, ਪ੍ਰਾਈਵੇਟ ਨੌਕਰੀ, ਬੰਦੇ ਨੂੰ ਆਪਣਾ ਬਿਜ਼ਨਸ ਕੀ ਕਰਨਾ ਚਾਹੀਦਾ? ਦੇਖੋ, ਇਹਦੇ 'ਚ ਮੈਂ ਤਾਂ ਇਹ ਗੱਲ ਕਹਿੰਦਾ ਵੀ ਜਿੱਥੇ ਬੰਦੇ ਦੀ ਤਰੱਕੀ ਹੁੰਦੀ ਹੋਵੇ, ਪ੍ਰਗਤੀ ਹੁੰਦੀ ਹੋਵੇ, ਬੰਦੇ ਨੂੰ ਉਹ ਕੰਮ ਕਰਨਾ ਚਾਹੀਦਾ। ਲੇਕਿਨ ਕਈ ਬੰਦੇ ਸੈਟਿਸਫੈਕਸ਼ਨ ਲੈਵਲ ਆ ਜਾਂਦਾ ਬੰਦੇ ਨੂੰ ਵੀ ਸੰਤੁਸ਼ਟ ਹੋ ਜਾਂਦੇ, ਬੰਦੇ ਸਰਕਾਰੀ ਨੌਕਰੀ ਕਰ ਰਹੇ ਸੰਤੁਸ਼ਟ ਹੋ ਗਏ, ਉਹ ਕਹਿੰਦੇ ਨਹੀਂ ਜੀ ਅਸੀਂ ਨਹੀਂ ਕਿਤੇ ਜਾਣਾ ਹੁਣ, ਉਹ ਸਰਕਾਰੀ ਨੌਕਰੀ ਲਈ ਸੰਤੁਸ਼ਟ ਹੋ ਜਾਂਦੇ ਆ। ਕਈ ਬੰਦੇ 15,000 10-15,000 ਰੁਪਏ ਦੀ ਨੌਕਰੀ ਕਰ ਰਹੇ ਹੈ। ਮੈਂ ਇਹੋ ਜਿਹਾ ਬੰਦਾ ਦੇਖਿਆ ਬੂੰਦੀ ਦੇ ਵਿੱਚ, ਰਾਜਸਥਾਨ ਦੇ ਵਿੱਚ, ਅਸੀਂ ਕੋਈ ਮਤਲਬ ਕੋਟੇ ਜਾਂਦੇ ਹੁੰਦੇ ਸੀ, ਉੱਥੇ ਇੱਕ ਬੰਦਾ ਦੇਖਿਆ ਜਿਹੜਾ ਚੌਲਾਂ ਦੀ ਦੁਕਾਨ 'ਤੇ ਲੱਗਾ, 40 ਸਾਲ ਹੋ ਗਏ ਉਹਨੂੰ ਲੱਗੇ ਨੂੰ, ਮਤਲਬ ਚੌਲਾਂ ਦੇ ਮਤਲਬ ਹੋਲਸੇਲ ਦੀ ਵੱਡਾ ਸ਼ੋਰੂਮ ਹੈ ਉਹਦਾ। ਅਤੇ ਉੱਥੇ ਇੱਕ ਬੰਦਾ ਮਿਲਿਆ ਮੈਨੂੰ, ਕਹਿੰਦਾ ਜੀ ਮੈਂ 40 ਸਾਲ ਤੋਂ ਇੱਥੇ ਕੰਮ ਕਰ ਰਿਹਾ। ਇੱਕ ਜਾਣਕਾਰ ਮੇਰਾ ਕੁਲਵਿੰਦਰ ਸਿੰਘ ਜਲੰਧਰ ਤੋਂ ਆਉਂਦੇ ਹੁੰਦੇ ਮੇਰੇ ਕੋਲ, ਉਹਨਾਂ ਕੋਲ ਡਰਾਈਵਰ ਹੈ 22 ਸਾਲ ਤੋਂ, ਉਹ ਉੱਥੇ ਵੀ ਹੈ। ਜਿੱਥੇ ਬੰਦੇ ਨੂੰ ਸੈੱਟ ਬੈਠ ਜੇ, ਜਿੱਥੇ ਬੰਦਾ ਸੈਟਿਸਫਾਈ ਹੋਣਾ ਸ਼ੁਰੂ ਹੋ ਜੇ, ਬੰਦਾ ਉੱਥੇ ਹੀ ਪ੍ਰੈਫਰ ਕਰਦਾ। ਲੇਕਿਨ ਮੇਰੇ ਹਿਸਾਬ ਨਾਲ ਖੜੋਤ ਜ਼ਿੰਦਗੀ ਨਹੀਂ ਹੈ, ਸਟੈਗਨੈਂਟ ਵਾਟਰ ਲੂਜ਼ਸ ਇਟਸ ਪਿਓਰਿਟੀ, ਖੜ੍ਹੇ ਪਾਣੀ 'ਚੋਂ ਬੂ ਆਉਂਦੀ ਹੈ, ਬਹਾ ਹੀ ਚੰਗਾ। ਤੁਸੀਂ ਜੋ ਅੱਜ ਕਰ ਰਹੇ ਹੋ ਕੱਲ੍ਹ ਉਸ ਤੋਂ ਬੈਟਰ ਕਰੋ, ਫਿਰ ਉਸ ਤੋਂ ਬੈਟਰ ਕਰੋ, ਫਿਰ ਉਸ ਤੋਂ ਬੈਟਰ ਕਰੋ, ਮੈਂ ਇਸ ਗੱਲ ਦਾ ਧਾਰਨੀ ਹਾਂ। ਬਾਕੀ ਜਿਸ ਤਰ੍ਹਾਂ ਬੰਦੇ ਲੋਕ ਸੋਚਦੇ ਹੈ
ਉਸ ਤਰੀਕੇ ਨਾਲ ਸੋਚਦੇ ਹੈ, ਪਰ ਜੇ ਮੇਰੇ ਪਿੱਛੇ ਲੱਗਣ ਤਾਂ ਮੈਂ ਡੈਫੀਨੇਟਲੀ ਕਹੂੰਗਾ ਕਿ ਤੁਹਾਨੂੰ ਅੱਜ ਜੇ ਇੱਥੇ ਹੋ ਕੱਲ੍ਹ ਇੱਥੇ ਆਓ ਪਰਸੋਂ ਇੱਥੇ ਆਓ। ਜ਼ਰੂਰ ਪ੍ਰਗਤੀ ਜ਼ਰੂਰ ਹੋਣੀ ਚਾਹੀਦੀ ਬੰਦੇ ਦੇ ਅੰਦਰ, ਐਨਰਜੀ ਲੈਵਲ ਜ਼ਰੂਰ ਹੋਣਾ ਚਾਹੀਦਾ, ਇੱਕ ਅਵੇਸਲਾਪਣ ਖਤਮ ਹੋਣਾ ਚਾਹੀਦਾ, ਅਵੇਸਲਾਪਣ ਖਤਮ ਹੋ ਜਾਣਾ ਚਾਹੀਦਾ, ਅਤੇ ਉਹਦੇ ਅੰਦਰ ਇੱਕ ਐਕਟਿਵ ਹੋਣ ਦੀ ਭਾਵਨਾ, ਮਤਲਬ ਕਾਰਜਸ਼ੀਲ ਹੋਣ ਦੀ ਭਾਵਨਾ ਜ਼ਰੂਰ ਆਉਣੀ ਚਾਹੀਦੀ। ਅਸੀਂ ਕੰਮ ਦੀ ਗੱਲ ਕਰਦੇ ਹਾਂ, ਇਹ ਕੰਮ ਕਰਨ ਦੇ ਤੌਰ ਤਰੀਕੇ, ਜਿਵੇਂ ਮੈਂ ਤੁਹਾਡੇ, ਤੁਸੀਂ ਬੈਂਕ ਜੋਬ ਕੀਤੀ ਹੈ, ਮੈਂ ਬੈਂਕ ਦੀ ਗੱਲ ਕਰਦਾ, ਅਸੀਂ HDFC ਖਾਤਾ ਖੁਲਾਈਏ, ਲੋਨ ਦੀ ਗੱਲ ਚੱਲੇ, ਕੋਈ ਵੀ ਕੰਮ ਕਰਾਉਣ ਲਈ ਪ੍ਰਾਈਵੇਟ ਬੈਂਕ ਜਾਂਦੇ ਹਾਂ ਜਾਂ ਕਿਸੇ ਵੀ ਬੈਂਕ ਚਲੇ ਜਾਈਏ, ਅਸੀਂ ਇੱਕ ਸਰਕਾਰੀ ਬੈਂਕ ਚਲੇ ਜਾਈਏ, ਸਰਕਾਰੀ ਬੈਂਕਾਂ ਵਾਲਿਆਂ ਤੋਂ ਲੋਕ ਟੁੱਟ ਟੁੱਟ ਕੇ ਉੱਧਰ ਜਾਂਦੇ ਨੇ। ਹੁਣ ਉੱਥੇ ਜੇ ਕਹੀਏ ਵੀ ਸਰਕਾਰ ਸਰਕਾਰੀ ਬੈਂਕਾਂ ਨੂੰ ਤੋੜਨਾ ਚਾਹੁੰਦੀ ਹੈ, ਜਿਹੜੇ ਉੱਥੇ ਬੈਠੇ ਮੁਲਾਜ਼ਮ ਨੇ ਉਹਨਾਂ ਦੇ ਕੰਮ ਕਰਨ ਦੇ ਤੌਰ ਤਰੀਕੇ ਅਤੇ ਪ੍ਰਾਈਵੇਟ ਬੈਂਕਾਂ ਦੇ ਕੰਮ ਦੇ ਤੌਰ ਤਰੀਕੇ ਬਹੁਤ ਫਰਕ ਹੈ। ਉਹ ਘਰ ਤੱਕ ਪਹੁੰਚਦੇ ਨੇ 24 ਘੰਟੇ, 5 ਵਜੇ ਤੋਂ ਬਾਅਦ ਵੀ, ਹਾਂਜੀ ਸਰ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ, ਅਤੇ ਸਰਕਾਰੀ ਟਾਈਮ ਦੇ ਵਿੱਚ ਵੀ ਜਾ ਕੇ ਕਹਿਣਗੇ ਕੱਲ੍ਹ ਆ ਜਾਓ। ਵਰਕ ਕਲਚਰ ਦਾ ਇਹੀ ਫਰਕ ਹੈ, ਜਿਹੜੀਆਂ ਸਰਕਾਰੀ ਜੋਬਸ ਜਿਹੜੇ ਲੋਕ ਕਰ ਰਹੇ ਹੈ ਉਹਨਾਂ ਨੂੰ ਇੱਕ ਗਲਤ ਫਹਿਮੀ ਬਹੁਤ ਵੱਡੀ ਪਾਲੀ ਬੈਠੀ ਆ ਉਹ, ਵੀ ਅਸੀਂ ਕੰਮ ਕਰੀਏ ਨਾ ਕਰੀਏ ਸਾਡਾ ਕੁਝ ਨਹੀਂ ਵਿਗੜਦਾ, ਸਾਨੂੰ ਤਨਖਾਹ ਮਿਲੀ ਜਾਣੀ। ਜਦੋਂ ਕਿ ਪ੍ਰਾਈਵੇਟ ਵਾਲੇ ਬੰਦੇ ਦੇ ਵਿੱਚ ਅਕਾਊਂਟੇਬਿਲਟੀ ਹੁੰਦੀ ਹੈ, ਅਕਾਊਂਟੇਬਿਲਟੀ ਦਾ ਮਤਲਬ ਸਮਝ, ਜ਼ਿੰਮੇਵਾਰੀ ਦੀ ਭਾਵਨਾ ਹੁੰਦੀ ਹੈ, ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ। ਜੇ ਤੁਸੀਂ ਹੁਣ ਸਰਕਾਰੀ ਬੈਂਕ ਦੀ ਗੱਲ ਕੀਤੀ ਹੈ, ਮੈਂ ਬੈਂਕ 'ਚ ਕੰਮ ਕੀਤਾ, ਸਰਕਾਰੀ ਬੈਂਕ ਸੈਂਟਰਲ ਬੈਂਕ ਆਫ ਇੰਡੀਆ 'ਚ ਕੰਮ ਕੀਤਾ, ਤਾਂ ਸਾਡੇ ਕੋਲ ਇਹ ਹੁੰਦਾ ਸੀ ਜਿਹੜਾ ਬੰਦਾ ਕਾਊਂਟਰ 'ਤੇ ਬੈਠਾ, ਕੋਈ ਗਾਹਕ ਆ ਗਿਆ, ਉਹ ਗਾਹਕ ਨੂੰ ਗੱਲ ਵੀ ਨਹੀਂ ਸੀ ਕਰਦਾ, ਉਹ ਐਂ ਇਸ਼ਾਰਾ ਕਰ ਦਿੰਦਾ ਸੀ ਵੀ ਨਹੀਂ ਪਿੱਛੇ ਚੱਲ, ਇੱਧਰ ਚੱਲ, ਇੱਧਰ ਚੱਲ, ਇਸ਼ਾਰਾ ਕਰਦਾ, ਮਤਲਬ ਉਹ ਆਪਣੀ ਜ਼ਿੰਮੇਵਾਰੀ ਸਮਝਦਾ ਹੀ ਨਹੀਂ। ਯਾਰ 10 ਤੋਂ 5 ਤੁਸੀਂ ਡਿਊਟੀ 'ਤੇ ਆਏ ਹੋ, 10 ਤੋਂ 5 ਹੀ ਕਰ ਰਹੇ ਹੋ ਡਿਊਟੀ, ਜੀ ਜੀ, 10 ਤੋਂ 5 ਜੇ ਕੋਈ ਵੀ ਬੰਦਾ ਆ ਜਾਵੇ, ਮੈਂ ਕਹਿੰਦਾ ਬੈਂਕ ਦੇ ਕੰਮ ਹੀ ਆਇਆ ਨਾ, ਬੈਂਕ ਦੇ ਕੰਮ ਆਇਆ, ਕੋਈ ਹੋਰ ਤਾਂ ਨਹੀਂ ਵੀ ਦੂਜਾ ਕੋਈ ਕੰਮ ਵਾਸਤੇ ਆਇਆ, ਤਾਂ ਫਿਰ ਤੁਸੀਂ ਕਿਉਂ ਨਹੀਂ ਉਹਨੂੰ ਅਟੈਂਡ ਕਰਦੇ ਯਾਰ, ਕਿਉਂ ਉਹਨੂੰ ਜਿਹੜਾ ਸਰਕਾਰੀ ਬੈਂਕ ਹੈ ਉਹਨੂੰ ਬੰਦੇ ਨੂੰ ਜ਼ਿੰਮੇਵਾਰ ਕਿਉਂ ਨਹੀਂ ਠਹਿਰਾਉਂਦਾ। ਹੁਣ ਪ੍ਰਾਈਵੇਟ ਬੈਂਕ ਵਾਲੇ ਜਿਹੜੇ ਤੁਸੀਂ ਕਹਿੰਦੇ ਆ ਵੀ ਜ਼ਿੰਮੇਵਾਰ ਠਹਿਰਾਉਂਦੇ ਆ, ਜ਼ਿੰਮੇਵਾਰੀ ਹੋ ਜਾਂਦੀ ਹੈ, ਉਹ ਇਸੇ ਕਰਕੇ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਜੇ ਪ੍ਰਾਈਵੇਟ ਬੈਂਕ ਦੇ ਵਿੱਚ ਇਹੋ ਜਿਹਾ ਵਰਕ ਕਲਚਰ, ਇਹੋ ਜਿਹੀ ਕੰਮ ਦੀ ਸਭਿਅਤਾ ਮਿਲ ਜੇ, ਇਹੋ ਜਿਹੇ ਕੰਮ ਦੀ ਸਭਿਅਤਾ ਮਿਲ ਜੇ, ਤਾਂ ਉਹ ਉਸਨੂੰ ਦੂਜੇ ਦਿਨ ਨੋਟਿਸ ਦੇ ਦਿੰਦੇ ਆ, ਛੁੱਟੀ ਕਰ ਦਿੰਦੇ ਉਹਦੀ। ਸਰਕਾਰੀ ਮਹਿਕਮੇ ਦੇ ਵਿੱਚ ਇਹ ਹਾਲ ਹੈ, ਉਹ ਕਹਿੰਦੇ ਵੀ ਨਾ ਤਾਂ ਸਾਡੀ ਕੋਈ ਤਰੱਕੀ ਹੋਣੀ ਹੈ, ਕਈ ਕਈ ਬੰਦਿਆਂ ਦੀ ਸੋਚ ਆ ਜਾਂਦੀ ਹੈ ਵੀ ਕੰਮ ਕਰੋ ਜਾਂ ਨਾ ਕਰੋ, ਨਾ ਸਾਨੂੰ ਕਹਿੰਦੇ ਕੱਢਣ, ਨਾ ਸਾਡੀ ਕੋਈ ਤਰੱਕੀ ਹੋਣੀ ਹੈ, ਗਧਾ ਘੋੜਾ ਇੱਕ ਬਰਾਬਰ, ਇਹੋ ਜਿਹੀਆਂ ਗੱਲਾਂ ਆਮ ਸੁਣਨ ਨੂੰ ਮਿਲੀਆਂ, ਜਦੋਂ ਕਿ ਪ੍ਰਾਈਵੇਟ ਕਲਚਰ ਦੇ ਵਿੱਚ ਇਹ ਨਹੀਂ ਹੈ। ਹੁਣ ਮੈਂ ਪ੍ਰਾਈਵੇਟ ਕੰਮ ਕਰ ਰਿਹਾ, ਮੇਰੇ ਕੋਲ ਮੇਰੇ ਨਾਲ ਇੰਪਲਾਈ ਜੁੜੇ ਹੋਏ ਹੈ, ਮੇਰੇ ਇੰਪਲਾਈ ਜਿਹੜੇ ਮਰਜ਼ੀ ਜਿਹਦਾ ਮਰਜ਼ੀ ਕੰਮ ਹੋਣ, ਜੇ ਮੇਰੇ ਆਫਿਸ ਦੇ ਵਿੱਚ ਕੋਈ ਬੰਦਾ ਆਉਂਦਾ ਤਾਂ ਭਾਵੇਂ ਉਹ ਮੇਰਾ ਚਾਹ ਬਣਾਉਣ ਵਾਲਾ, ਭਾਵੇਂ ਮੇਰਾ ਡਰਾਈਵਰ ਹੈ, ਭਾਵੇਂ ਮੇਰਾ ਮੈਨੇਜਰ ਹੈ, ਉਹ ਹਰ ਬੰਦਾ ਉਹਨੂੰ ਅਟੈਂਡ ਕਰੇਗਾ, ਉਹਨੂੰ ਹਰ ਬੰਦਾ ਅਟੈਂਡ ਕਰੇ। ਜੇ ਇਹ ਭਾਵਨਾ ਸਰਕਾਰੀ ਮਹਿਕਮੇ ਦੇ ਵਿੱਚ ਵੀ ਆ ਜਾਏ ਤਾਂ ਡੈਫੀਨੇਟਲੀ ਲੋਕਾਂ ਦਾ ਜੋ ਸਰਕਾਰੀ ਮਹਿਕਮਿਆਂ ਵੱਲੋਂ ਵਿਸ਼ਵਾਸ ਘਟਦਾ ਜਾ ਰਿਹਾ, ਉਹ ਵਿਸ਼ਵਾਸ ਰੀਸਟੋਰ ਹੋ ਸਕਦਾ, ਉਹ ਵਿਸ਼ਵਾਸ ਦੁਬਾਰੇ ਬਣ ਸਕਦਾ। ਸਾਡੇ ਪੰਜਾਬੀਆਂ ਬਾਰੇ ਗੱਲ ਕਹੀ ਜਾਂਦੀ ਕਿ ਪੰਜਾਬੀ ਜਨੂੰਨੀ ਨੇ, ਦ੍ਰਿੜ ਇਰਾਦੇ ਵਾਲੇ ਨੇ, ਮਿਹਨਤੀ ਨੇ, ਫਿਰ ਬੇਰੁਜ਼ਗਾਰ ਕਿਉਂ ਨੇ? ਸਰਕਾਰ ਜ਼ਿੰਮੇਵਾਰ ਹੈ ਜਾਂ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈ ਕਿਤੇ ਨਾ ਕਿਤੇ ਉਹ ਵਰਕ ਕਲਚਰ ਤੋਂ ਦੂਰ ਹੋਈ ਹੈ ਜਾਂ ਕੰਮ ਕਰ ਤੋਂ ਦੂਰ ਹੋਏ ਨੇ? ਦੇਖੋ, ਇਸ ਗੱਲ ਦਾ ਜਵਾਬ ਤਾਂ ਮੈਂ ਇਹ ਗੱਲ ਕਹਿ ਸਕਦਾ, ਬੇਰੁਜ਼ਗਾਰੀ ਵੀ ਹੈ, ਇਹ ਨਹੀਂ ਗੱਲ ਆਪਾਂ ਕਹਿ ਸਕਦੇ ਬੇਰੁਜ਼ਗਾਰੀ ਹੈ ਨਹੀਂ, ਕਿਉਂਕਿ ਜਿੰਨੇ ਨੌਜਵਾਨ ਹਰ ਸਾਲ ਕੰਮ ਹੈਗੇ ਨੇ, ਜਿੰਨੇ ਨੌਜਵਾਨ, ਮੈਨੂੰ ਪੂਰਾ ਕਰਨ ਦਿਓ,
ਜਿੰਨੇ ਨੌਜਵਾਨ ਹਰ ਸਾਲ ਕਾਲਜਾਂ ਦੇ ਵਿੱਚੋਂ ਪਾਸ ਆਊਟ ਹੋ ਕੇ ਆਉਂਦੇ ਆ, ਯੂਨੀਵਰਸਿਟੀਆਂ ਦੇ ਪਾਸ ਆਊਟ ਹੋ ਕੇ ਆਉਂਦੇ ਆ, ਉਨੇ ਰੁਜ਼ਗਾਰ ਸਰਕਾਰ ਕੋਲ ਨਹੀਂ ਹੈ, ਹੈ ਨਹੀਂ ਉਨੇ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਸਰਕਾਰ, ਜਿੰਨਾ ਮਰਜ਼ੀ ਜ਼ੋਰ ਲਾ ਲਵੇ ਪ੍ਰਾਈਵੇਟ ਅਦਾਰੇ, ਜਿੰਨਾ ਮਰਜ਼ੀ ਜ਼ੋਰ ਲੈ ਲੈਣ, ਇੱਥੇ ਆਬਾਦੀ ਦੀ ਸਮੱਸਿਆ, ਆਬਾਦੀ ਕਰਕੇ ਉਨੀਆਂ ਨੌਕਰੀਆਂ ਉਨੇ ਰੁਜ਼ਗਾਰ ਪੈਦਾ ਹੋ ਹੀ ਨਹੀਂ ਸਕਦੇ, ਨੰਬਰ ਇੱਕ। ਜਿਹੜਾ ਨੰਬਰ ਦੋ, ਜਿਹੜੀ ਜਿਹਨੂੰ ਮੈਂ ਬੜੀ ਹੋ ਗਿਆ ਨਾ, ਬੇਰੁਜ਼ਗਾਰੀ ਦਾ ਇੱਕ ਕਾਰਨ ਇੱਥੇ ਇਹ ਵੀ ਹੈ ਕਿ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਮੁਤਾਬਕ ਕੰਮ ਨਹੀਂ ਮਿਲਦਾ। ਪੈਸੇ ਭਾਵੇਂ ਵੱਧ ਹੋਣ ਲੇਕਿਨ ਉਹਨਾਂ ਨੂੰ ਮੇਰੇ ਵਾਂਗੂ ਟਾਈ ਵੀ ਲੱਗੀ ਹੋਣੀ ਚਾਹੀਦੀ ਹੈ, ਕਾਰ ਵੀ ਹੋਣੀ ਚਾਹੀਦੀ ਹੈ, ਕਾਰ ਨਹੀਂ ਹੋਵੇ ਬਾਈਕ ਹੋਵੇ, ਏਸੀ ਵੀ ਲੱਗਿਆ ਹੋਣਾ ਚਾਹੀਦਾ ਦਫ਼ਤਰ 'ਚ। ਮਤਲਬ ਅਸੀਂ ਮਿਹਨਤ ਕਰਨ ਤੋਂ ਭੱਜ ਰਹੇ ਹਾਂ। ਜੇ ਅਸੀਂ ਮਿਹਨਤ ਕਰਨੀ ਸ਼ੁਰੂ ਕਰ ਦਈਏ, ਪ੍ਰੋਪਰ ਤਰੀਕੇ ਨਾਲ ਮਿਹਨਤ ਕਰਨੀ ਸ਼ੁਰੂ ਕਰ ਦਈਏ, ਤਾਂ ਕਿਤੇ ਨਾ ਕਿਤੇ, ਮੈਂ ਇਹ ਨਹੀਂ ਕਹਿੰਦਾ ਬੇਰੁਜ਼ਗਾਰੀ ਖਤਮ ਹੋ ਜੂਗੀ, ਕਿਤੇ ਨਾ ਕਿਤੇ ਬੇਰੁਜ਼ਗਾਰੀ ਨੂੰ ਠੱਲ ਪੈ ਸਕਦੀ ਹੈ। ਮੈਂ ਆਪਣੀ ਉਹਦੇ ਵਿੱਚ ਸਾਡੇ ਮੇਰੇ ਜਿਹੜੀ ਔਰਗਨਾਈਜੇਸ਼ਨ ਹੈ ਉਹਦੇ ਵਿੱਚ ਸਾਡੇ ਕੋਲ ਕੰਮ ਕਰਨ ਵਾਸਤੇ ਬੰਦੇ ਆਏ। ਮੈਂ 2007 ਦੇ ਵਿੱਚ, ਤੁਸੀਂ ਅੱਜ ਤੋਂ 16 ਸਾਲ ਪਿੱਛੇ ਚਲੇ ਜਾਓ, 2007 ਦੇ ਵਿੱਚ ਮੈਂ 3 ਮੁੰਡੇ ਰੱਖੇ ਹੋਏ ਸੀਗੇ ਜਿਨ੍ਹਾਂ ਨੂੰ ਮੈਂ 25,000 ਰੁਪਏ ਸੈਲਰੀ ਦਿੱਤਾ ਸੀ, ਰਹਿਣ ਵਾਸਤੇ ਘਰ ਦਿੱਤਾ ਹੋਇਆ ਸੀ, ਰਹਿਣ ਵਾਸਤੇ ਰੋਟੀ ਬਣਾਉਣ ਵਾਲੀ ਨਾਲ ਦਿੱਤੀ ਹੋਈ ਸੀ 25,000। ਲੋਕ ਅੱਜ ਵੀ 25,000 ਨਹੀਂ ਦਿੰਦੇ, ਜੇ ਦੇਖਿਆ ਜਾਵੇ ਲੋਕ 25,000 ਅੱਜ ਵੀ ਨਹੀਂ ਦਿੰਦੇ। ਮੈਂ 25,000 ਵੀ ਦਿੱਤੇ, 50,000 ਵੀ ਦਿੱਤੇ, ਫਿਰ ਵੀ ਲੋਕਾਂ ਦੇ ਵਿੱਚ, ਘੱਟ ਲੋਕਾਂ ਦੇ ਵਿੱਚ ਇਹ ਭਾਵਨਾ ਮੈਂ ਦੇਖੀ ਹੈ ਕਿ ਮਾਲਕ ਨੂੰ ਅਸੀਂ ਕੰਮ ਕਰਕੇ ਦੇਣ, ਬਈ ਮਾਲਕ ਨੂੰ ਫੋਨ ਕਰਨ ਦੀ ਲੋੜ ਨਾ ਪਵੇ। ਹੁਣ ਵੀ ਮੇਰੇ ਕੋਲ ਹੈਗੇ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਸਾਨੂੰ ਫੋਨ ਨਹੀਂ ਕਰਨਾ ਪੈਂਦਾ, ਜਿਹੜੇ ਸਾਡੇ ਨਾਲ ਕੰਮ ਕਰ ਰਹੇ ਉਹਨਾਂ ਨੂੰ ਫੋਨ ਨਹੀਂ ਕਰਨਾ ਪੈਂਦਾ, ਉਹ ਆਪਣੇ ਆਪ ਸਾਨੂੰ ਪੁੱਛਦੇ ਆ ਵੀ ਸਰ ਅੱਜ ਇਹ ਕੰਮ ਕਰਨਾ, ਅੱਜ ਕੱਲ੍ਹ ਨੂੰ ਇਹ ਕਰਨਾ, ਅੱਜ ਇਹ ਕਰੀਏ, ਕੱਲ੍ਹ ਨੂੰ ਇਹ ਕਰੀਏ, ਪੁੱਛਦੇ ਆ। ਲੇਕਿਨ ਉਹਨਾਂ ਦੀ ਵੀ ਗਿਣਤੀ ਘੱਟ ਹੈ, ਉਹਨਾਂ ਦੀ ਗਿਣਤੀ ਘੱਟ ਹੈ। ਜੇ ਤੁਸੀਂ 50,000 ਰੁਪਇਆ ਮਹੀਨਾ ਵੀ ਦੇਣਾ ਸ਼ੁਰੂ ਕਰ ਦਿਓ ਕਿਸੇ ਨੂੰ, 1,00,000 ਰੁਪਇਆ ਮਹੀਨਾ ਵੀ ਦੇਣਾ ਸ਼ੁਰੂ ਕਰ ਦਿਓ, ਉਹ ਵੀ ਕੰਮ ਚੋਰ ਹੋ ਜਾਂਦੇ ਆ ਸਰਕਾਰੀ ਮਹਿਕਮੇ 'ਚ। ਤੁਸੀਂ ਹੁਣੇ ਆਪੇ ਗੱਲ ਕੀਤੀ ਹੈ ਨਾ, ਸਰਕਾਰੀ ਮਹਿਕਮੇ 1,00,000 ਰੁਪਇਆ ਮਿਲਦਾ ਨਾ, ਫਿਰ ਕੰਮ ਚੋਰ ਤਾਂ ਉਹ ਵੀ ਹੈ, ਕਿਤੇ ਨਾ ਕਿਤੇ ਕੰਮ ਚੋਰੀ ਕਰ ਰਹੇ ਹਨ। ਸਾਡੇ ਬੈਂਕ ਦੇ ਵਿੱਚ, ਸੈਂਟਰਲ ਬੈਂਕ ਆਫ ਇੰਡੀਆ ਦੇ ਵਿੱਚ ਜਿਹੜੀ ਸਾਡੀ ਬ੍ਰਾਂਚ ਸੀ, ਉਹਦੀ ਬ੍ਰਾਂਚ ਬਿਹਾਰ ਅਤੇ ਯੂਪੀ 'ਚ ਬਹੁਤ ਜ਼ਿਆਦਾ ਸੀ। ਯੂਪੀ ਦੇ ਵਿੱਚ ਢਾਕਾ ਬ੍ਰਾਂਚ ਦੇ ਸਾਡੇ ਡਰਾਫਟ ਬਣਦੇ ਹੁੰਦੇ ਸੀਗੇ, ਪੂਰਨੀਆ ਦੇ ਬਣਦੇ ਹੁੰਦੇ ਸੀ, ਹੋਰ ਬਣਦੇ। ਸਾਡੇ ਜਿਹੜੇ ਮਜ਼ਦੂਰ ਤਬਕਾ ਸੀ ਫਤਿਹਗੜ੍ਹ ਸਾਹਿਬ ਤੋਂ ਕਈ ਵਾਰ ਆਉਂਦੇ ਹੁੰਦੇ ਸੀ ਸਾਈਕਲ ਚਲਾ ਕੇ, ਫਤਿਹਗੜ੍ਹ ਸਾਹਿਬ ਤੋਂ 20 ਕਿਲੋਮੀਟਰ ਸਾਈਕਲ ਚਲਾ ਕੇ ਆਏ, ਪਹਿਲਾਂ ਦਿਹਾੜੀ ਛੱਡੀ ਸਾਈਕਲ ਚਲਾ ਕੇ। ਸਾਡੇ ਬੰਦੇ ਕਹਿੰਦੇ ਅੱਜ ਸ਼ਰਾਬ ਨਹੀਂ ਜੀ, ਕੱਲ੍ਹ ਨੂੰ ਆ ਜਾਓ। ਮੈਂ ਉਹਨਾਂ ਦੇ, ਮੇਰੀ ਡਿਊਟੀ ਵੀ ਨਹੀਂ ਸੀ ਹੁੰਦੀ, ਮੇਰੀ ਡਿਊਟੀ ਨਹੀਂ ਸੀ, ਮੈਂ ਉਹਨਾਂ ਦੇ ਫਿਰ ਵੀ ਕਾਗਜ਼ ਫੜ ਕੇ ਉਹਨਾਂ ਨੂੰ ਡਰਾਫਟ ਬਣਾ ਕੇ ਭੇਜਦਾ ਹੁੰਦਾ ਸੀ। ਅਤੇ ਮੈਨੂੰ ਮੈਨੇਜਰ ਕਹਿੰਦਾ ਸੀ ਯਾਰ ਤੂੰ ਇਹ ਕਿਉਂ ਕੰਮ ਕਰਦਾ, ਮੈਂ ਯਾਰ ਮੈਂ 10 ਤੋਂ 5 ਬੈਠਣਾ ਉੱਥੇ, 10 ਤੋਂ 5 ਹੀ ਡਿਊਟੀ ਕਰਨੀ ਹੈ, 10 ਤੋਂ 5 ਮੈਂ ਕਰ ਰਿਹਾ। ਅਤੇ ਜੇ ਅੱਜ ਨਹੀਂ ਤੁਸੀਂ ਇਹਨਾਂ ਦਾ ਡਰਾਫਟ ਬਣਾਇਆ, ਇਹ ਵਿਚਾਰਾ ਦਿਹਾੜੀ 'ਚ ਭੰਨ ਕੇ ਆਇਆ, ਕੱਲ੍ਹ ਨੂੰ ਕੀ ਗਰੰਟੀ ਵੀ ਕੱਲ੍ਹ ਨੂੰ ਤੁਸੀਂ ਬਣਾ ਦਿਓਗੇ? ਅੱਜ ਜਿਹੜਾ ਬੰਦਾ ਸਟਾਫ 'ਤੇ ਛੁੱਟੀ ਦੇ ਹੈ, ਕੱਲ੍ਹ ਨੂੰ ਉਹ ਆਜੂਗਾ, ਕੱਲ੍ਹ ਨੂੰ ਤੁਹਾਡੇ 'ਚੋਂ ਬੰਦਾ ਛੁੱਟੀ ਚਲਾ ਗਿਆ, ਕੀ ਗਰੰਟੀ ਹੈ ਵੀ ਕੱਲ੍ਹ ਨੂੰ ਵੀ ਹੁਣ ਜੋ? ਫਿਰ ਬੰਦਾ ਜਿਹੜਾ ਦਿਹਾੜੀ ਛੱਡ ਕੇ ਆਇਆ, ਤੁਹਾਨੂੰ ਕਮਿਸ਼ਨ ਦੇਣੀ ਹੈ, ਉਹਨੇ ਸਾਰਾ ਕੁਝ ਕਰਨਾ, ਫਿਰ ਅੱਜ ਕਿਉਂ ਨਹੀਂ ਬਣਾਈ ਜਾਣੀ? ਤਾਂ ਫਿਰ ਮੈਨੇਜਰ ਮੈਨੂੰ ਕਹਿੰਦਾ ਸੀ, ਕਹਿੰਦਾ ਯਾਰ ਮੈਂ ਤੈਨੂੰ ਸਲੂਟ ਕਰਦਾ ਤੇਰੀ ਸਪਿਰਿਟ ਨੂੰ। ਤਾਂ ਇਹ ਬਾਕੀ ਲੋਕ ਕਿਉਂ ਨਹੀਂ ਕਰਦੇ? ਕਰਨਾ ਚਾਹੀਦਾ ਇਹਨੂੰ, ਕਿਉਂ ਨਾ ਕਰਨ ਯਾਰ? ਤੁਹਾਡੇ ਰੁਜ਼ਗਾਰ ਨਹੀਂ, ਤੁਹਾਨੂੰ ਬੱਚੇ ਨਹੀਂ ਪਲਦੇ ਤੁਹਾਡੇ ਦਿਨ, ਤੁਹਾਡੇ ਬੱਚੇ ਪਲ ਰਹੇ ਆ, ਤੁਸੀਂ ਉਹੀ ਉਹ ਪੈਸਾ, ਤੁਹਾਡਾ ਹਲਾਲ ਦਾ ਪੈਸਾ ਉਹ,
ਹਰਾਮ ਦਾ ਨਹੀਂ ਮੈਂ ਕਹਿੰਦਾ, ਹਲਾਲ ਦਾ ਪੈਸਾ, ਬੱਚਿਆਂ ਨੂੰ ਲੈ ਕੇ ਉਹਨੂੰ ਰੋਟੀ ਖਿਲਾਉਣੀ ਹੈ, ਉਹਨਾਂ ਨੂੰ ਸਭ ਕੁਝ ਕਰਨਾ, ਪਰ ਤੁਸੀਂ ਉਹਨੂੰ ਕੰਮ ਨਾ ਕਰਕੇ ਹਲਾਲ ਵਾਲੇ ਪੈਸੇ ਨੂੰ ਹਰਾਮ ਦਾ ਪੈਸਾ ਕਿਉਂ ਬਣਾਉਣਾ ਚਾਹੁੰਦੇ? ਨਹੀਂ ਬਣਾਉਣਾ ਚਾਹੀਦਾ। ਇਸ ਕਰਕੇ ਜਿਹੜਾ ਜਿਹੜਾ ਵੀ ਡਿਊਟੀ ਬਣਦੀ ਹੈ ਉਹਨਾਂ ਨੂੰ ਡਿਊਟੀ ਕਰਨੀ ਚਾਹੀਦੀ ਹੈ। ਇਹ ਕਦੇ ਨਹੀਂ ਕਹਿਣਾ ਚਾਹੀਦਾ ਇਹ ਮੇਰੀ ਡਿਊਟੀ ਦਾ ਪਾਰਟ ਨਹੀਂ, ਇਹ ਮੇਰੀ ਡਿਊਟੀ ਦਾ ਪਾਰਟ ਨਹੀਂ। ਜਦੋਂ ਤੁਸੀਂ ਦੱਸੋ ਪੰਜ ਹੀ ਕੰਮ ਕਰਨਾ ਯਾਰ, ਇੱਕ ਤੁਸੀਂ, ਮਤਲਬ ਮੈਂ ਬੈਂਕ ਦੇ ਵਿੱਚ ਸੀ, ਬੈਂਕ ਨਾਲ ਲੋਇਲ ਹੋਣੇ ਚਾਹੀਦੇ, ਮੇਰੀ ਲੋਇਲਟੀ ਤਾਂ ਹੋਣੀ ਚਾਹੀਦੀ ਹੈ ਨਾ, ਮੇਰਾ ਇੱਕ ਮਤਲਬ ਲੋਇਲਟੀ ਨੂੰ ਸਮਝਦੇ ਤੁਸੀਂ ਵੀ ਮੈਂ ਇੱਕ ਮੇਰਾ ਉਹਦੇ ਨਾਲ ਦਿਲੀ ਜੁੜਾਅ ਤਾਂ ਹੋਣਾ ਚਾਹੀਦਾ ਨਾ ਕਿ ਮੈਂ ਇਹਨੂੰ ਇਸ ਨੂੰ ਧੋਖਾ ਨਹੀਂ ਕਦੇ ਦਊਂਗਾ ਕਿਉਂਕਿ ਉੱਥੋਂ ਮੇਰੇ ਬੱਚੇ ਪੜ ਰਹੇ। ਲੇਕਿਨ ਲੋਕਾਂ ਦੇ ਵਿੱਚ ਸੋਚ ਦੇ ਵਿੱਚ ਕਮੀ ਹੈ। ਲੋਕ ਇਹੀ ਸੋਚਦੇ ਆ ਕਿ ਮੇਰੀ ਤਾਂ ਡਿਊਟੀ ਦੇ ਵਿੱਚ ਆਹ ਲਿਖਿਆ ਜੀ, ਮੇਰੀ ਡਿਊਟੀ ਦੇ ਵਿੱਚ ਆਹ ਲਿਖਿਆ। ਸਾਡੇ ਕੋਲ ਵੀ ਮੁੰਡਾ ਆਉਂਦਾ ਇੱਕ, ਉਹਦਾ ਬੇਟਾ ਬੈਂਕ ਦੇ ਵਿੱਚ ਕਲਰਕ ਲੱਗਿਆ, ਉਹ ਆਪਣੇ ਬੇਟੇ ਨੂੰ ਕਹਿੰਦਾ ਤਾਂ ਤੂੰ ਕੋਈ ਠੇਕਾ ਲਿਆ ਸਾਰੀ ਉਮਰ ਦਾ ਵੀ ਤੂੰ ਸਾਰਾ ਕੰਮ ਕਰਨਾ? ਮੈਂ ਕਿਹਾ ਜੇ ਕੰਮ ਕਰ ਵੀ ਲਏਗਾ, 10 ਤੋਂ 5 ਕੰਮ ਕਰ ਵੀ ਲਏਗਾ, ਇਹਦਾ ਕੀ ਕਰ ਜਾਣਾ ਬਈ? ਜਿੰਨਾ ਕੰਮ ਜ਼ਿਆਦਾ ਕਰੇਗਾ ਬੰਦਾ, ਜਿੰਨਾ ਕੰਮ ਉਹਦੇ ਹੱਥੋਂ ਨਿਕਲੇਗਾ, ਉਹ ਉਨਾ ਹੀ ਬੰਦਾ ਪਰਫੈਕਟ ਹੋ ਜਾਏਗਾ, ਉਨਾ ਹੀ ਉਹਨੂੰ ਬੰਦੇ ਨੂੰ ਕੋਨਫੀਡੈਂਸ ਆ ਜਾਏਗਾ। ਸਾਨੂੰ ਜਿਹੜੇ ਜਦੋਂ ਬੈਂਕ 1986 ਮੈਂ ਜੁਆਇਨ ਕੀਤਾ, ਮੈਨੂੰ ਜਿਹੜਾ ਮੇਰਾ ਉਸਤਾਦ ਸੀਗਾ ਉਹਨੇ ਇੱਕ ਗੱਲ ਸਮਝਾਈ ਸੀ ਵੀ ਕੰਮ ਤਾਂ 100% ਕਰਨਾ ਹੀ ਕਰਨਾ, ਤੈਨੂੰ ਕੰਮ ਸਿੱਖਣਾ ਸਾਰਾ ਹੀ ਹੈ, ਕਰੀ ਨਾ ਕਰੀ ਉਹ ਬਾਅਦ ਦੀ ਗੱਲ ਹੈ, ਵੀ ਕੰਮ ਨੂੰ ਛੱਡਣਾ ਕਿਸੇ ਨੂੰ ਨਹੀਂ, ਕੰਮ ਸਿੱਖਿਆ ਜ਼ਰੂਰ ਹੈ। ਉਹਦਾ ਫਰਕ ਇਹ ਪੈਂਦਾ ਕਿ ਜੇ ਕੱਲ੍ਹ ਨੂੰ ਮੈਂ ਕਿਤੇ ਬੈਂਕ ਮੈਨੇਜਰ ਲੱਗ ਗਿਆ, ਕਿਤੇ ਹੋਰ ਲੱਗ ਗਿਆ, ਜੇ ਮੈਨੂੰ ਕੰਮ ਆਉਂਦਾ ਹੋਏਗਾ ਮੈਨੂੰ ਥੱਲੇ ਵਾਲਾ ਬੰਦਾ ਮੂਰਖ ਨਹੀਂ ਬਣਾ ਸਕਦਾ, ਫਿਰ ਉਹ ਬੰਦਾ ਮੇਰੇ ਮੁਤਾਬਕ ਚੱਲੇਗਾ, ਨਹੀਂ ਤਾਂ ਉਹ ਬੰਦੇ ਫਿਰ ਸਾਨੂੰ ਹੀ ਘੁਮਾ ਦਿੰਦੇ ਆ। ਜਦ ਮੈਨੂੰ ਨਹੀਂ ਕੁਛ ਆਉਂਦਾ ਐਜ ਏ ਬੌਸ, ਮੈਨੂੰ ਕੁਛ ਆਉਂਦਾ ਨਹੀਂ, ਤਾਂ ਫਿਰ ਤਾਂ ਮੈਨੂੰ ਤੇਰੀ ਗੱਲ ਮੰਨਣੀ ਪੈਣੀ ਹੈ ਨਾ ਵੀ ਯਾਰ ਤੂੰ ਠੀਕ ਕਹਿ ਰਿਹਾ ਜੋ ਕਹਿ ਰਿਹਾ। ਇਸ ਕਰਕੇ ਵਰਕ ਕਲਚਰ ਹੈ ਜਿਹੜਾ ਇਹਨੂੰ ਪਿਆਰ ਕਰਨਾ ਚਾਹੀਦਾ। ਲੱਖਾਂ ਰੁਪਇਆ ਲਾ ਕੇ ਲੋਕ ਵਿਦੇਸ਼ ਜਾ ਰਹੇ ਨੇ ਅਤੇ ਯੂਪੀ ਬਿਹਾਰ ਦੇ ਮਜ਼ਦੂਰ ਸਾਡੇ ਪੰਜਾਬ ਆ ਰਹੇ ਨੇ, ਅਤੇ ਹਜ਼ਾਰਾਂ ਲੋਕਾਂ ਨੇ, ਤੁਸੀਂ ਵੀ ਸ਼ਹਿਰ 'ਚ ਜਾਣਦੇ ਹੋਗੇ ਉਹਨਾਂ ਲੋਕਾਂ ਨੂੰ, ਅਸੀਂ ਵੀ ਜਾਣਦੇ ਹਾਂ, ਜਿਹੜੇ ਲੋਕ ਇੱਥੇ ਰਹਿ ਕੇ ਲੱਖਾਂ ਰੁਪਇਆ ਕਮਾ ਰਹੇ ਨੇ ਅਤੇ ਆਪਣੇ ਆਪ ਨੂੰ ਲੱਗਦਾ ਵੀ ਇੱਥੇ ਕੰਮ ਨਹੀਂ ਹੈਗਾ। ਇਹਦਾ ਜਵਾਬ ਇਹ ਬਣਦਾ, ਦੇਖੋ ਕੈਨੇਡਾ ਦਾ ਅਤੇ ਇੰਡੀਆ ਦਾ ਫਰਕ ਤਾਂ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੈਨੇਡਾ ਦਾ ਅਤੇ ਇੰਡੀਆ ਦਾ ਫਰਕ ਹੈਗਾ, ਕੋਈ ਸ਼ੱਕ ਨਹੀਂ। ਫਰਕ ਕੀ ਹੈ? ਇੱਥੇ ਬੰਦਾ ਜਿਹੜਾ ਕੰਮ ਕਰਦਾ, ਮਜ਼ਦੂਰੀ ਕਰਦਾ, ਝਾੜੂ ਮਾਰਦਾ, ਕੋਈ ਹੋਰ ਮਤਲਬ ਛੋਟੇ ਲੈਵਲ ਦੇ, ਜਿਹਨੂੰ ਅਸੀਂ ਛੋਟੇ ਲੈਵਲ ਦੇ ਕੰਮ ਕਹਿੰਦੇ ਹਾਂ, ਮੇਰੇ ਹਿਸਾਬ ਨਾਲ ਕੋਈ ਛੋਟੇ ਵੱਡੇ ਲੈਵਲ ਦਾ ਕੰਮ ਹੋਣਾ ਨਹੀਂ ਚਾਹੀਦਾ, ਹੁੰਦਾ ਵੀ ਨਹੀਂ, ਮੇਰੇ ਹਿਸਾਬ ਨਾਲ ਨਹੀਂ ਹੁੰਦਾ। ਇਹ ਸਾਡੀ ਇੱਕ ਸੋਚ ਹੈ, ਘਟੀਆ ਸੋਚ ਹੈ, ਤੱਕਿਆ ਅਨੁਸੀ ਸੋਚ ਹੈ, ਜਿਹਨੇ ਨੂੰ ਕੰਮ ਨੂੰ ਛੋਟਾ ਵੱਡਾ ਕਰਤਾ। ਇਹੀ ਕੰਮ ਅਸੀਂ ਕੈਨੇਡਾ ਜਾ ਕੇ ਕਰਦੇ ਹਾਂ, ਉੱਥੇ ਮਜ਼ਦੂਰੀ ਵੀ ਕਰਦੇ ਹਾਂ, ਖੇਤਾਂ 'ਚ ਵੀ ਕੰਮ ਕਰਦੇ ਹਾਂ, ਬੇਰ ਵੀ ਤੋੜਦੇ ਹਾਂ, ਸਭ ਕੁਝ ਕਰਦੇ ਹਾਂ, ਉੱਥੇ ਸਾਨੂੰ ਦਿਹਾੜੀ ਵਧੀਆ ਮਿਲ ਜਾਂਦੀ ਹੈ। ਸਾਡਾ, ਮੈਂ ਪਿਛਲੇ ਵੀ ਇੰਟਰਵਿਊ 'ਚ ਵੀ ਕਿਹਾ ਸੀ, 20 ਕਿੱਲਿਆਂ ਦਾ ਮਾਲਕ ਸਾਡਾ ਕੋਈ ਦੋਸਤ ਕੈਨੇਡਾ ਜਾ ਕੇ ਚੌਕੀਦਾਰੀ ਕਰਦਾ ਰਿਹਾ, ਚੌਕੀਦਾਰੀ ਕਰਕੇ ਉਹਨੂੰ ਲੱਖ ਰੁਪਏ ਮਹੀਨਾ ਮਿਲਦਾ ਸੀ। ਉਹ ਲੱਖ ਰੁਪਇਆ ਮਹੀਨਾ ਲੈ ਕੇ ਉੱਥੇ ਖੁਸ਼ ਸੀਗਾ, ਜੇ ਇੱਥੇ ਚੌਕੀਦਾਰੀ ਕਰੋ ਇੱਥੇ 12,000 ਰੁਪਏ ਮਿਲਦਾ। ਮਤਲਬ ਨੁਕਸਾਨ ਇੱਥੇ ਹੈ ਕਿ ਇੱਥੇ ਜੇ ਛੋਟਾ ਕੰਮ ਕਰਦੇ ਹੈ ਉਹਨੂੰ ਨਫ਼ਰਤ ਤਾਂ ਕੀਤੀ ਜਾਂਦੀ ਹੈ, ਨਾਲ ਉਹਨੂੰ ਪੈਸੇ ਵੀ ਨਹੀਂ ਪੂਰੇ ਮਿਲਦੇ, ਪੈਸੇ ਵੀ ਪੂਰੇ ਨਹੀਂ ਮਿਲਦੇ। ਸਾਡਾ ਇੱਕ ਮੇਰਾ ਜਾਣਕਾਰ ਰਾਜਪੁਰੇ ਤੋਂ ਹੈ, ਬੰਤ ਸਿੰਘ ਨਾਂ ਬੰਦੇ ਦਾ, ਉਹ ਬੜੀ ਪੁਰਾਣੀ ਗੱਲ ਹੈ, ਅੱਜ ਤੋਂ ਮੇਰੇ ਖਿਆਲ 35-40 ਸਾਲ ਹੀ ਪੁਰਾਣੀ, ਉਹ ਬਾਹਰ ਚਲਾ ਗਿਆ, ਘਰੋਂ ਤਕੜਾ ਸੀ, ਉਹਨੂੰ ਬਾਹਰ ਭੇਜਤਾ ਅਤੇ ਬਾਹਰ ਚਲਾ ਗਿਆ। ਅਤੇ ਜਦੋਂ ਬਾਹਰੋਂ ਆਇਆ ਮੁੜ ਕੇ ਸਾਡੇ ਨਾਲ ਗੱਲਬਾਤ ਕੀਤੀ, ਅਸੀਂ ਕਿਹਾ ਵੀ ਕਿਆ ਕਰਦਾ ਉੱਥੇ, ਕਹਿੰਦਾ ਮੈਂ ਸੜਕ 'ਤੇ ਲੁੱਕ ਬੰਨਾ, ਬੜੇ ਅਮੀਰ ਘਰ ਦਾ ਮੁੰਡਾ, ਕਹਿੰਦਾ ਮੈਂ ਲੁੱਕ ਬੰਨਾ, ਬੰਤ ਸਿੰਘ ਕਹਿੰਦਾ ਵੀ ਲੁੱਕ ਬੰਨਾ। ਫਿਰ ਮੈਂ, ਅਸੀਂ ਕਿਹਾ ਲੁੱਕ ਬੰਨਾ ਸਾਲੇ ਕੀ ਜ਼ਿੰਦਗੀ ਹੈ ਤੇਰੀ ਉੱਥੇ? ਉਹ ਕਹਿੰਦਾ ਜ਼ਿੰਦਗੀ ਨਹੀਂ ਹੈ, ਕਹਿੰਦਾ ਜਦੋਂ ਮੈਨੂੰ ਹਫ਼ਤੇ ਬਾਅਦ ਪੈਸੇ ਮਿਲਦੇ ਨਾ ਸਵਾਦ ਆ ਜਾਂਦਾ, ਮੈਨੂੰ ਲੁੱਕ ਲੱਕ ਸਭ ਭੁੱਲ ਜਾਂਦੀ ਹੈ। ਅਤੇ ਇੱਥੇ ਜਿਹੜਾ ਬੰਦਾ ਲੁੱਕ ਬੰਦਾ
ਇੱਥੇ ਜਿਹੜਾ ਬੰਦਾ ਗਲੀਆਂ 'ਚ ਝਾੜੂ ਲਾ ਰਿਹਾ, ਇੱਥੇ ਬੰਦੇ ਜਿਹੜੇ ਸਾਡੇ ਕੂੜਾ ਚੱਕਣ ਵਾਲੇ ਘਰੋਂ, ਅਸੀਂ 50 ਰੁਪਏ 60 ਰੁਪਏ ਤੋਂ ਮਹੀਨੇ ਤੋਂ ਜ਼ਿਆਦਾ ਨਹੀਂ ਦੇ ਰਹੇ ਉਹਨਾਂ ਨੂੰ। ਫਰਕ ਇਹ ਹੈ, ਮਤਲਬ ਲੋਕ ਇੱਥੇ ਜੇ ਕਰਨਾ ਸ਼ੁਰੂ ਕਰਨ, ਇੱਥੇ ਮਿਲਦਾ ਨਹੀਂ ਕੁਛ ਉਹਨਾਂ ਨੂੰ। ਦੂਜੇ ਨੰਬਰ 'ਤੇ ਅਸੀਂ ਕੰਮ ਚੋਰ ਤਾਂ ਹੈਗੇ ਹੀ ਹਾਂ, ਉੱਥੇ ਜਾ ਕੇ ਤਾਂ ਕੰਮ ਕਰ ਰਹੇ ਹਾਂ, ਇੱਥੇ ਆ ਕੇ ਕੰਮ ਨਹੀਂ ਕਰਨਾ ਚਾਹੁੰਦੇ। ਇੱਥੇ ਆ ਕੇ ਕਿਤੇ ਨਾ ਕਿਤੇ ਸਾਡੀ ਜਾਤ ਫਸ ਜਾਂਦੀ ਹੈ, ਅਸੀਂ ਜੱਟ ਹਾਂ ਜੀ, ਅਸੀਂ ਰਾਜਪੂਤ ਹਾਂ ਜੀ, ਅਸੀਂ ਬਾਣੀ ਹਾਂ ਜੀ, ਅਸੀਂ ਛੋਟਾ ਕੰਮ ਨਹੀਂ ਕਰਨਾ। ਹਾਂਜੀ, ਅਤੇ ਮਤਲਬ ਉੱਥੇ ਜਾ ਕੇ ਇਹ ਸਾਰੀ ਜਾਤ ਦਾ ਕਿੱਲਾ ਨਿਕਲ ਜਾਂਦਾ। ਠੀਕ ਹੈ, ਅਤੇ ਇੱਥੇ ਨਿਕਲਦੇ ਨਹੀਂ, ਇੱਥੇ ਫਸਿਆ ਰਹਿੰਦਾ। ਜਿਹੜੇ ਬੰਦੇ ਇਸ ਚੀਜ਼ ਨੂੰ ਛੱਡ ਕੇ ਇੱਥੇ ਜਿਹੜੇ ਕੰਮ ਕਰ ਰਹੇ ਆ, ਛੋਟੇ ਮੋਟੇ ਕੰਮ, ਜਿਵੇਂ ਮੈਂ ਸਬਜ਼ੀ ਦੀ ਰੇਹੜੀ ਵਾਲੀ ਗੱਲ ਕੀਤੀ ਸੀ ਵੀ ਸਬਜ਼ੀ ਦੀ ਰੇਹੜੀ ਲਵਾਤੀ, ਉਹ ਬੰਦਾ 15 ਸਾਲ ਦੇ ਵਿੱਚ ਆਪਣਾ ਘਰ ਬਣਾ ਗਿਆ, ਪਲਾਟ ਲੈ ਲਿਆ ਉਹਨੇ, ਘਰ ਬਣਨਾ ਸ਼ੁਰੂ ਹੋ ਜਾਣਾ ਉਹਦਾ। ਅਤੇ ਛੋਟੇ ਛੋਟੀਆਂ ਕੰਮ, ਸੂਪ ਵੇਚ ਰਹੇ ਹੈ, ਜੂਸ ਵੇਚ ਰਹੇ ਹੈ, ਜੂਸ ਵੇਚ ਕੇ ਲੋਕ ਚੰਗੇ ਪੈਸੇ ਕਮਾਈ ਜਾ ਰਹੇ ਆ। ਹੁਣ PhD ਵਾਲਾ ਬੰਦਾ 15,000 ਦੀ ਨੌਕਰੀ ਕਰ ਰਿਹਾ। ਠੀਕ ਹੈ, ਅਤੇ ਉਹ ਜੂਸ ਵੇਚਣ ਵਾਲਾ 1,00,000 ਰੁਪਇਆ ਕਮਾ ਰਿਹਾ, ਜਦਕਿ ਪੜ੍ਹਿਆ ਹੀ ਨਹੀਂ। ਸਾਨੂੰ ਪ੍ਰਾਇਰਟੀ ਦੇਖਣੀ ਪਏਗੀ ਕਿ ਸਾਨੂੰ ਟਾਈ ਵਾਲੀ ਜ਼ਿੰਦਗੀ ਚਾਹੀਦੀ ਹੈ ਜਾਂ ਪੈਸੇ ਵਾਲੀ ਜ਼ਿੰਦਗੀ ਚਾਹੀਦੀ ਹੈ। ਹੁਣ ਟਾਈ ਤਾਂ ਲੱਗੀ ਹੋਈ ਹੈ, ਕੱਲ੍ਹ ਨੂੰ ਤੁਹਾਡਾ ਕੋਈ ਰਿਸ਼ਤੇਦਾਰ ਬਿਮਾਰ ਹੋ ਗਿਆ, ਉਹਨੂੰ ਕਿੱਥੇ ਲੈ ਕੇ ਜਾਓਗੇ? ਪੈਸੇ ਤੁਹਾਡੇ ਕੋਲ ਨਹੀਂ। ਤੁਸੀਂ ਵਾਰ ਵਾਰ PhD ਦੇ ਇਗਜ਼ਾਮਪਲ ਲੈਂਦੇ ਹੋ, ਜਿਹੜੀਆਂ ਹੋਰ ਐਜੂਕੇਸ਼ਨ ਨੇ ਉਹਦੀ ਗੱਲ ਕਰਦੇ ਹੋ। ਹੁਣ ਜਦੋਂ ਇੱਕ ਸਮਾਜ ਹੈ ਸਾਡਾ, ਹੈ ਨਾ, ਇੱਕ ਉਸ ਤਰ੍ਹਾਂ ਕਲਚ ਉਹਦੇ ਆਲੇ ਦੁਆਲੇ ਸਿਰਜਿਆ ਗਿਆ, ਉਹ ਉਹਨਾਂ ਦਾ ਰੋਸਾ ਇਹ ਵੀ ਰਹਿੰਦਾ ਹੈ ਵੀ ਜਿਹੜੇ ਸਾਨੂੰ ਸਲਾਹਾਂ ਦਿੰਦੇ ਨੇ ਇਹ ਵੀ PhD ਕਰਕੇ ਤੁਸੀਂ 20-25-25-30-30 ਹਜ਼ਾਰ ਤਨਖਾਹ 'ਤੇ ਕੰਮ ਕਰਦੇ ਹੋ, ਤੁਸੀਂ ਹੋਰ ਕੰਮ ਕਰ ਲਓ। ਉਹ ਇਹ ਗੱਲ ਕਹਿੰਦੇ ਹੁੰਦੇ ਨੇ, ਕਹਿੰਦੇ ਅਸੀਂ ਪੜ੍ਹੀਆਂ ਇਸ ਵਾਸਤੇ ਸੀ ਵੀ ਅਸੀਂ ਹੋਰ ਕੰਮ ਕਰੀਏ, ਅਸੀਂ ਪੜ੍ਹੇ ਤਾਂ ਮਾਸਟਰ ਪ੍ਰੋਫੈਸਰ ਲੱਗਣ ਵਾਸਤੇ ਸੀ, ਟੀਚਰ ਲੱਗਣ ਵਾਸਤੇ ਸੀ, ਅਸੀਂ ਕਿਉਂ ਕਰੀਏ ਹੋਰ ਕੰਮ? ਅੱਛਾ, ਚਲੋ ਤੁਸੀਂ, ਮੈਂ ਸੋਚਿਆ ਜੀ ਕੱਲ੍ਹ ਵੀ ਮੈਂ ਤਾਂ ਤਾਜ ਮਹਿਲ ਲੈ ਲੂੰਗਾ ਯਾਰ, ਮੈਂ ਲਾਲ ਕਿਲ੍ਹਾ ਖਰੀਦ ਲੈਣਾ। ਮੈਂ ਲਾਲ ਕਿਲ੍ਹਾ ਨਹੀਂ ਖਰੀਦ ਸਕਦਾ, ਕੀ ਮੈਂ ਹੁਣ ਝੌਂਪੜੀ ਵੀ ਨਾ ਪਾਵਾਂ? ਲਾਲ ਕਿਲ੍ਹਾ ਖਰੀਦਣਾ ਤਾਂ ਭੈਣ ਮੇਰਾ ਸੁਪਨਾ ਨਾ, ਮੇਰਾ ਸੁਪਨਾ ਵੀ ਮੈਂ ਲਾਲ ਕਿਲ੍ਹਾ ਖਰੀਦ ਲਾਂ, ਮੈਂ ਬਹੁਤ ਬੜੇ ਸਾਰੇ ਜਿੰਨੇ ਵੀ 7 ਵੰਡਰਸ ਆਫ ਦਾ ਵਰਲਡ ਹੈ ਉਹ ਸਾਰੇ ਖਰੀਦ ਲਾਂ। ਖਰੀਦ ਸਕਦਾ ਨਹੀਂ, ਤਾਂ ਇਹਦਾ ਮਤਲਬ ਮੈਂ ਲਾਲ ਕਿਲ੍ਹੇ ਦਾ ਤਾਂ ਮੈਂ ਲੈ ਨਹੀਂ ਸਕਦਾ, ਤਾਂ ਕਿਆ ਮੈਂ ਆਪਣੇ ਘਰਦਿਆਂ ਨੂੰ ਬੱਚਿਆਂ ਨੂੰ 2 ਕਮਰਿਆਂ ਦਾ ਸੈੱਟ ਵੀ ਨਾ ਬਣਾ ਕੇ ਦੇਵਾਂ? ਤੁਹਾਨੂੰ, ਤੁਸੀਂ ਪ੍ਰੋਫੈਸਰ ਬਣਨ ਦੀ ਗੱਲ ਕੀਤੀ ਹੈ, ਬਣ ਜਾਓ, ਵਧੀਆ ਗੱਲ ਹੈ, ਮੈਂ ਤੁਹਾਨੂੰ ਆ ਕੇ ਤੁਹਾਡੇ ਗੱਲ ਚਾਰ ਪਾਉਂਦਾ। ਜੇ ਤੁਸੀਂ ਨਹੀਂ ਬਣ ਰਹੇ ਫਿਰ ਕੀ ਕਰੋਗੇ? ਤਾਂ ਸਬਜ਼ੀ ਜੀ ਉੱਠ ਗਈ ਹੈ, ਉਹ ਤਾਂ ਤੋੜ ਗਈ ਹੈ ਤੁਹਾਡੇ ਕੋਲ, ਤੋੜ ਤਾਂ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਮੈਂ PhD ਵਾਲਿਆਂ ਨੂੰ ਨਹੀਂ ਨਕਾਰ ਰਿਹਾ ਵੀ PhD ਨਹੀਂ ਕਰਨੀ ਚਾਹੀਦੀ, ਕਰ ਲਓ ਕੋਈ ਗੱਲ ਨਹੀਂ ਯਾਰ, ਮੈਂ ਕਹਿੰਦਾ ਉਹਦੀ ਆਊਟਪੁੱਟ ਕੀ ਹੈ? ਕਰੋ, ਜਾਂ ਤਾਂ ਫਿਰ ਤੁਹਾਡੇ 'ਚ ਇੰਨਾ ਜਜ਼ਬਾ ਹੋਵੇ ਵੀ ਤੁਸੀਂ ਸਾਲਿਆਂ ਨੂੰ ਚੰਦ ਨੂੰ ਫੜ ਕੇ ਜੇਬ 'ਚ ਪਾ ਲਓ, ਸੂਰਜ ਨੂੰ ਫੜ ਕੇ ਜੇਬ 'ਚ ਪਾ ਲਓ, ਜਾਂ ਤਾਂ ਫਿਰ ਤੁਸੀਂ ਕਰਕੇ ਦਿਖਾ ਦਿਓ, ਜਾਂ ਇਹ ਗੱਲ ਹੈ, ਜਾਂ ਤੁਹਾਡੇ ਤੋਂ ਹੁੰਦਾ ਨਹੀਂ, ਹਾਲਾਤ ਇਹੋ ਜਿਹੇ ਬਣ ਜਾਂਦੇ ਹੈ, ਸਰਕਾਰਾਂ ਕੋਲ ਚਾਂਸ ਨਹੀਂ, ਸਰਕਾਰਾਂ ਕੋਲ ਮੌਕੇ ਨਹੀਂ ਨੌਕਰੀਆਂ ਦੇਣ ਦੇ, ਤਾਂ ਫਿਰ ਜਿਹੜਾ ਹੈਗਾ ਫਿਰ ਤੁਹਾਨੂੰ ਕਿਤੇ ਨਾ ਕਿਤੇ ਫਿਰ ਸਮਝੌਤਾ ਕਰਨਾ ਪੈਂਦਾ। ਹੁਣ ਮੈਂ PhD ਵਾਲੇ ਬੰਦੇ ਤੁਹਾਨੂੰ ਕਿੰਨੇ ਬੰਦੇ ਗਿਣਾ ਦਿੰਦਾ, ਮੇਰੇ ਨਾਲ ਬੈਠ ਜਾਓ, ਮੇਰਾ ਖਿਆਲ 10 ਬੰਦੇ ਤਾਂ ਤੁਹਾਨੂੰ ਮੈਂ ਜਵਾਨੀ ਦੱਸ ਦੂੰ ਵੀ ਜਿਹੜੇ 15-15 ਹਜ਼ਾਰ ਦੀ ਨੌਕਰੀ ਕਰ ਰਹੇ। ਹੁਣ PhD ਕਰਨ ਵਾਸਤੇ 35 ਸਾਲ ਲੱਗ ਗਏ ਬੰਦੇ ਨੂੰ, 32 ਸਾਲ ਲੱਗ ਗਏ, 33 ਸਾਲ ਲੱਗ ਗਏ, ਪਤਾ ਨਹੀਂ ਉਹਨੂੰ ਕਿੰਨਾ ਟਾਈਮ ਲੱਗਦਾ। ਉਹ ਬੰਦਾ 15,000 ਰੁਪਏ ਦਾ ਨੌਕਰੀ ਕਰੂ, ਕਦੋਂ ਵਿਆਹ ਕਰੂ, ਕਦੋਂ ਉਹ ਘਰ ਵਾਲੀ ਨੂੰ ਖੁਸ਼ ਕਰੂ, ਘਰ ਵਾਲੀ ਦੇ ਸੁਪਨੇ ਪੂਰੇ ਕਰੂ, ਕਦੋਂ ਆਪਣੇ ਬੱਚੇ ਪੈਦਾ ਕਰੂ, ਕਦੋਂ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਊ, ਉਹਦਾ ਫਾਇਦਾ ਕੀ ਹੈ? ਮਤਲਬ ਮੈਂ ਫਾਇਦਾ ਇਨ ਦਾ ਸੈਂਸ ਕਿ ਤੁਸੀਂ ਆਪਣੇ ਇੰਨੇ ਕੁ ਯੋਗੇ ਤਾਂ ਹੋ ਜਾਓ ਯਾਰ ਕਿ ਆਪਣੇ ਮਾਂ ਆਪਣੇ ਬੱਚਿਆਂ ਦੇ ਸੁਪਨੇ ਤਾਂ ਪੂਰੇ ਕਰ ਸਕੋ, ਆਪਣੀ ਘਰ ਵਾਲੀ ਦੇ ਸੁਪਨੇ ਤਾਂ ਪੂਰੇ ਕਰ ਸਕੋ, ਉਹ ਆਪਣਾ ਘਰ ਛੱਡ ਕੇ ਆਈ ਹੈ, ਤੁਹਾਡੇ ਵਾਸਤੇ ਸਾਰਾ ਕੁਝ ਛੱਡ ਗਈ ਹੈ, ਤੇ ਤੁਸੀਂ ਉਹਨੂੰ ਕੀ ਦੇ ਰਹੇ ਹੋ? ਸਮਝੌਤੇ ਵਾਲੀ ਜ਼ਿੰਦਗੀ? ਫਿਰ ਉਹ ਕਹਿੰਦੀ ਮੈਂ ਘਰੇ ਚੰਗੀ ਸੀ ਇਹਦੇ ਨਾਲ। ਮੈਂ ਇੱਥੇ ਆ ਕੇ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ PhD ਕਰੋ, ਚਾਹੇ PhD ਦਾ ਪਿਓ ਕਰ ਲਓ, ਮੈਨੂੰ ਕੋਈ ਦਿੱਕਤ ਨਹੀਂ, ਨਾਲ ਆਮਦਨ ਬਾਰੇ ਜ਼ਰੂਰ ਸੋਚੋ ਯਾਰ,
ਪੈਸੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਜਦ ਤੱਕ ਤੁਹਾਡੇ ਕੋਲ ਪੈਸਾ ਨਹੀਂ ਹੋਏਗਾ, ਤੁਸੀਂ ਮੈਂ ਮੇਰਾ ਖਾਸ ਬੰਦਾ 3 MA ਤਿੰਨਾਂ ਦਾ ਗੋਲਡ ਮੈਡਲਿਸਟ, ਸਾਈਕਲ 'ਤੇ ਫਿਰਦਾ, ਕਦੇ ਟਿਊਸ਼ਨ ਪੜ੍ਹਾ ਲਈ 5-4 10,000 ਦੀ 15,000 ਦੀ ਵੀ, ਕੀ ਉਹ ਮਤਲਬ ਕਹਿੰਦੇ ਸਬਰ ਸੰਤੋਖ ਚਾਹੀਦਾ ਹੈ। ਸਬਰ ਸੰਤੋਖ ਨੂੰ ਇਹ ਤਾਂ ਸਬਰ ਸੰਤੋਖ ਤਾਂ ਧਾਰਮਿਕ ਪੰਡਾਲਾਂ ਦੇ ਵਿੱਚ ਹੀ ਚੰਗੇ ਲੱਗਦੇ। ਜਦੋਂ ਫਿਰ ਮੈਂ ਗੱਲ ਕਹਿੰਦਾ ਵੀ ਜਦੋਂ ਤੁਹਾਨੂੰ ਤੁਹਾਡਾ ਕੋਈ ਰਿਸ਼ਤੇਦਾਰ ਬਿਮਾਰ ਹੋ ਗਿਆ, ਤੁਹਾਡੀ ਮਾਂ ਬਿਮਾਰ ਹੋ ਗਈ, ਤੁਹਾਡੀ ਭੈਣ ਬਿਮਾਰ ਹੋ ਗਈ, ਉਹ ਹਸਪਤਾਲ ਦੇ ਵਿੱਚ ਤੁਸੀਂ ਇਲਾਜ ਨਹੀਂ ਕਰਾ ਸਕਦੇ, ਫਿਰ ਸਬਰ ਸੰਤੋਖ ਕਿੱਥੇ ਗਿਆ? ਸਬਰ ਸੰਤੋਖ ਕੰਮ ਕਰਦਾ ਉੱਥੇ? ਨਹੀਂ ਕਰਦਾ। ਅਸੀਂ ਮਤਲਬ ਅਸੀਂ ਇਹੋ ਜਿਹੀ ਗੱਲ ਕਰੀਏ, ਡਬਲ ਮਾਈਂਡਡ ਹੋ ਗਏ ਸੀ। ਇੱਕ ਪਾਸੇ ਉਹਦੀ ਸੰਤਾਂ ਦੀ ਗੱਲ ਸੁਣ ਲੈਂਦੇ ਹਾਂ, ਕਿਤੇ ਬਾਬਿਆਂ ਦੀ ਗੱਲ ਸੁਣ ਲੈਂਦੇ ਹਾਂ, ਜਿਹੜੇ ਸਾਡੇ ਪਖੰਡੀ ਬਾਬੇ ਆ ਜਿਹੜੇ ਕਹਿੰਦੇ ਆ ਜੀ ਪੈਸੇ ਦਾ ਜੀ ਮਾਇਆ ਮੋਹਣੀ ਹੈ ਜੀ, ਆਹ ਜੀ ਇਹ ਫਲਾਣਾ ਜੀ ਧਮਕਾਣਾ ਪੈਸੇ ਨਹੀਂ, ਉਹ ਆਪ ਹੀ ਲੱਖਾਂ ਰੁਪਏ ਲੈ ਜਾਂਦੇ ਉਹ। ਮੈਂ ਇਹ ਤਾਂ ਚਿੰਤਨ ਮੰਥਨ ਕਰਨ ਦੀ ਲੋੜ ਹੈ ਵੀ ਤੁਹਾਡਾ ਜਿਹੜਾ ਸਲਾਹਕਾਰ ਹੈ ਉਹ ਕੌਣ ਹੈ? ਜੇ ਤਾਂ ਉਹਨੇ ਆਪ ਮਾਇਆ ਤਿਆਗੀ ਹੋਈ ਹੈ ਉਹਦੀ ਗੱਲ ਸੁਣ ਲਓ, ਜਦ ਉਹ ਆਪ ਤਾਂ ਉਹ 1 ਕਰੋੜ ਰੁਪਏ ਦੀ ਗੱਡੀ 'ਚ ਘੁੰਮ ਰਿਹਾ ਤੇ ਤੁਹਾਨੂੰ ਕਹਿ ਰਿਹਾ ਵੀ ਨਹੀਂ ਯਾਰ ਆਹ ਨਹੀਂ ਠੀਕ ਹੈ, ਤੁਹਾਡੇ ਕੋਲ ਤਾਂ ਸਾਈਕਲ ਠੀਕ ਹੈ ਯਾਰ, ਤੁਹਾਨੂੰ ਤਾਂ ਰੱਬ ਨੇ ਪਰਮਾਤਮਾ ਨੇ ਤੁਹਾਨੂੰ ਭੇਜਿਆ ਨਾਮ ਜਪਣ ਵਾਸਤੇ ਭੇਜਿਆ, ਨਾਮ ਜਪਣ ਦਾ ਕੋਈ ਮਾੜੀ ਗੱਲ ਨਹੀਂ, ਜਪ ਲਓ। ਲੇਕਿਨ ਉਹ ਆਪ ਕੀ ਉਹ ਨਾਮ ਜਪ ਰਿਹਾ? ਗੁਰੂ ਨਾਨਕ ਦਾ ਸਿਧਾਂਤ ਹੁੰਦਾ, ਲਓ ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਆਹ ਚਿੱਟੇ ਚੋਲੇ ਵਾਲੇ ਬੰਦੇ, ਹੁਣ ਕਿੰਨੀਆਂ ਨੂੰ ਮਿਰਚਾਂ ਵੀ ਲੱਗਣਗੀਆਂ, ਚਿੱਟੇ ਚੋਲੇ ਵਾਲੇ ਬੰਦੇ ਕਿੰਨੇ ਆ ਜਿਹੜੇ ਮਿਹਨਤ ਕਰ ਰਹੇ ਆ, ਨਾਮ ਜਪਣ ਦੇ ਨਾਲ ਨਾਲ ਕਿਰਤ ਕਰ ਰਹੇ, ਕਿੰਨੇ ਬੰਦੇ ਕਿਰਤ ਕਰ ਰਹੇ ਆ? ਉਹ ਲੋਕਾਂ ਨੂੰ ਆਹ ਚੀਜ਼ਾਂ ਦੇ ਕੇ, ਆਹ ਛਲਾਵੇ ਦੇ ਕੇ, ਲੋਕਾਂ ਨੂੰ ਡਰਾ ਕੇ ਵੀ ਆਹ ਨਹੀਂ ਇਹ ਹੋਜੂਗਾ, ਇਹ ਨਹੀਂ ਇਹ ਜੇ ਆਹ ਨਾ ਕੀਤਾ ਆਹ ਹੋਜੂਗਾ, ਇਹ ਚੀਜ਼ਾਂ ਲੈ ਕੇ ਉਹਨਾਂ ਨੂੰ ਆਪਣੇ ਪਿੱਛੇ ਲਾ ਕੇ ਆਪਣੀਆਂ ਦੁਕਾਨਾਂ ਚਲਾ ਰਹੇ। ਐਜੂਕੇਸ਼ਨ ਦੇ ਵਿੱਚ ਐਜੂਕੇਸ਼ਨ ਲੋਕ ਲੈ ਰਹੇ ਨੇ, ਪਹਿਲੀ ਗੱਲ ਤੁਹਾਡੀ ਨਜ਼ਰ ਦੇ ਵਿੱਚ ਐਜੂਕੇਸ਼ਨ ਦਾ ਮਤਲਬ ਕੀ ਹੈ? ਦੂਜੀ ਚੀਜ਼, ਅਸੀਂ ਹੁਨਰਮੰਦ ਨਹੀਂ ਬਣ ਰਹੇ ਹੈਗੇ, ਸਾਡੇ ਕੋਲ ਸਕਿੱਲ ਨਹੀਂ ਹੈਗੀਆਂ। ਐਜੂਕੇਸ਼ਨ ਦਾ ਮਤਲਬ ਸਿਰਫ ਡਿਗਰੀ ਨਹੀਂ, ਮੈਂ ਸਮਝਦਾ ਵੀ ਐਜੂਕੇਸ਼ਨ ਦਾ ਮਤਲਬ ਕੀ ਹੈ, ਤੁਹਾਨੂੰ ਸੋਝੀ ਆਉਣੀ, ਤੁਸੀਂ ਚੰਗੇ ਮਾੜੇ ਦੇ ਵਿੱਚ ਡਿਫਰੈਂਸ ਲੱਭ ਸਕੋ। ਜਿਵੇਂ ਇੰਟੈਲੀਜੈਂਟ ਬੱਚਾ ਜਿਹੜਾ 3-4-5 ਮਹੀਨੇ ਦਾ ਬੱਚਾ, 4-5 ਮਹੀਨੇ ਦਾ ਇੰਟੈਲੀਜੈਂਟ ਕਿਹੜਾ? ਜਿਹੜਾ ਕਲਰ ਦੇ ਵਿੱਚ, ਰੰਗਾਂ ਦੇ ਵਿੱਚ ਡਿਫਰੈਂਸ ਕਰਨਾ ਸ਼ੁਰੂ ਕਰ ਲਵੇ, 6 ਮਹੀਨੇ ਦਾ ਬੱਚਾ ਜੇ ਕਲਰ ਦੇ ਵਿੱਚ, ਤਾਂ ਇਹਦਾ ਮਤਲਬ ਉਹਦਾ ਦਿਮਾਗ ਪ੍ਰੋਪਰ ਚੱਲਦਾ। ਐਜੂਕੇਸ਼ਨ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਵੀ ਗੱਲ ਨੂੰ ਲੈ ਕੇ ਚਿੰਤਨ ਮੰਥਨ ਕਰ ਸਕੋ। ਮੈਂ ਤੁਹਾਨੂੰ ਕੋਈ ਗੱਲ ਕਹਿ ਰਿਹਾ, ਹੋ ਸਕਦਾ ਮੈਂ ਬਹੁਤ ਜ਼ਿਆਦਾ ਚਲਾਕ ਹੋਵਾਂ ਅਤੇ ਤੁਹਾਨੂੰ ਘੁਮਾ ਕੇ ਲਿਆ ਕੇ ਆਪਣੀ ਗੱਲ 'ਚ ਫਸਾਉਣਾ ਚਾਹੁੰਦਾ ਹੋਵਾਂ। ਕਰਦੇ ਨਾ ਵਕੀਲ, ਆਪਣੇ ਫਿਲਮਾਂ ਦੇ ਸੀਨ ਦੇਖੇ, ਉਹ ਇੱਦਾਂ ਕੁਹਾ ਕੇ, ਨਹੀਂ ਮੈਨੇ ਇਹ ਕਿਹਾ, ਉਹ ਇਹੀ ਕਹਿੰਦਾ, ਪੁਆਇੰਟ ਨੋਟ ਕਰੋ ਬਸ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਾਹਮਣੇ ਵਾਲਾ ਬੰਦਾ ਤੁਹਾਡੇ ਪ੍ਰਤੀ ਕੀ ਸੋਚ ਰੱਖ ਰਿਹਾ, ਕਿਸ ਤਰੀਕਾ ਦੀ ਲੈਂਗੁਏਜ ਵਰਤ ਰਿਹਾ, ਕੀ ਤਰੀਕੇ ਦੀ ਉਹਦੀ ਬੋਡੀ ਲੈਂਗੁਏਜ ਹੈ, ਕੀ ਤਰੀਕੇ ਦੀ ਉਹਦੀ ਜਿਹੜੀ ਗੱਲਬਾਤ ਹੈ, ਉਹਦੀ ਗੱਲਬਾਤ ਕਿੰਨੀ ਉੱਚੀ ਹੈ, ਕਿੰਨੀ ਨੀਵੀਂ ਹੈ, ਇਹਨਾਂ ਚੀਜ਼ਾਂ ਤੋਂ ਤੁਹਾਨੂੰ ਪਤਾ ਲੱਗ ਜਾਂਦਾ, ਜੱਜਮੈਂਟ ਹੋ ਜਾਂਦੀ ਹੈ ਕਿ ਸਾਹਮਣੇ ਵਾਲਾ ਬੰਦਾ ਤੁਹਾਡੇ ਬਾਰੇ ਕੀ ਸੋਚ ਰਿਹਾ। ਹੁਣ ਸਾਨੂੰ ਕੋਈ ਟੈਲੀਫੋਨ ਆਉਂਦਾ, ਮੈਂ ਆਪਣੀ ਗੱਲ ਕਰਦਾ, ਮੈਨੂੰ ਕੋਈ ਟੈਲੀਫੋਨ ਆਉਂਦਾ ਬਾਹਰੋਂ ਆਉਂਦਾ, ਕੋਈ ਹੋਰ ਆਉਂਦਾ, ਮੈਂ ਟੈਲੀਫੋਨ 'ਤੇ 75% ਬੰਦੇ ਨੂੰ ਜੱਜਮੈਂਟ ਕਰ ਲੈਂਦਾ ਕਿ ਬੰਦਾ ਕਹਿਣਾ ਕੀ ਚਾਹੁੰਦਾ ਇਹ। ਕਈ ਬੰਦੇ ਮੈਨੂੰ ਵੀ ਫਸਾਉਣਾ ਚਾਹੁੰਦੇ, ਮੇਰੇ ਨਾਲ ਵੀ ਠੱਗੀ ਮਾਰਦੇ ਹੁੰਦੇ, ਸਰ ਐਸਾ ਚੀਜ਼ ਮਿਲ ਰਹੀ ਹੈ ਜੀ, ਇਹ ਹੋ ਜਾਏਗਾ ਜੀ, ਆਪਕੋ 1 ਕਰੋੜ ਰੁਪਇਆ, ਫਿਰ ਮੈਂ ਸੋਚਦਾ ਵੀ ਬੰਦਾ ਮੈਨੂੰ ਜਾਣਦਾ ਵੀ ਨਹੀਂ, ਬੰਦਾ ਮੈਨੂੰ ਮਿਲਿਆ ਨਹੀਂ ਕਦੇ, ਇਹ ਮੈਨੂੰ ਕੀ ਕਰੋੜਪਤੀ ਬਣਾਉਣ ਲੱਗਿਆ ਹੋਇਆ 300 ਕਿਲੋਮੀਟਰ ਤੋਂ ਦੂਰ, ਇਹਨੂੰ ਕੋਈ ਰਸਤੇ 'ਚ ਕੋਈ ਨਹੀਂ ਮਿਲਿਆ। ਫਿਰ ਜਦ ਅਗਲੀ ਕੋਈ ਗੱਲ ਕਰਦੇ, ਜਦ ਆਪਾਂ ਕ੍ਰੋਸ ਕੁਐਸਚਨ ਕਰਦੇ ਹਾਂ, ਉਹਦੇ ਕੋਲ ਗੱਲ ਦਾ ਜਵਾਬ ਨਹੀਂ ਹੁੰਦਾ।
ਹੁਣ ਬਾਹਰੋਂ ਜਿਹੜੇ ਫੋਨ ਆਉਂਦੇ ਆ ਕੋਈ ਮਾਮਾ ਬਣ ਗਏ ਫੁੱਫੜ ਬਣ ਗਏ ਉਹ ਕੋਲ ਨਹੀਂ ਕਰਦਾ ਵੀ ਮੇਰੇ ਬੈਂਕ 'ਚ ਇੰਨੇ ਪੈਸੇ ਪਾ ਦਿਓ ਜੀ ਇਹ ਬਣ ਦਿਓ ਤੁਸੀਂ ਮੈਨੂੰ ਪਛਾਣਿਆ ਕਿ ਨਹੀਂ ਪਛਾਣਿਆ ਨਹੀਂ ਜਿਹੜੇ ਬੰਦੇ ਨਹੀਂ ਜਾਣਦੇ ਉਹ ਉਹਨਾਂ ਦੇ ਗੱਲਾਂ 'ਚ ਆ ਜਾਂਦੇ ਆ ਅਤੇ ਜਿਹੜੇ ਬੰਦੇ ਜਾਣਦੇ ਉਹਨਾਂ ਤੋਂ ਬਚ ਜਾਂਦੇ ਆ ਐਜੂਕੇਸ਼ਨ ਦਾ ਮਤਲਬ ਸਿਰਫ ਇਹੀ ਹੈ ਕਿ ਤੁਹਾਨੂੰ ਚੰਗੇ ਮਾੜੇ ਦੀ ਪਰਖ ਪਤਾ ਲੱਗ ਜਾਵੇ ਐਜੂਕੇਸ਼ਨ ਦਾ ਮਤਲਬ ਸਿਰਫ ਇਹੀ ਹੈ ਕਿ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਪੜ੍ਹਨਾ ਸ਼ੁਰੂ ਕਰ ਦਿਓ ਅਸਲੀ ਐਜੂਕੇਸ਼ਨ ਦਾ ਮਤਲਬ ਇਹੀ ਹੈ ਕਿ ਤੁਹਾਡੀ ਪਰਸਨੈਲਿਟੀ ਡਿਵੈਲਪ ਹੋ ਜਾਵੇ ਅਸਲੀ ਐਜੂਕੇਸ਼ਨ ਦਾ ਮਤਲਬ ਇਹੀ ਹੈ ਕਿ ਤੁਸੀਂ ਤੁਹਾਡਾ ਕਮਿਊਨੀਕੇਸ਼ਨ ਸਕਿੱਲ ਵਧੀਆ ਹੋ ਜਾਵੇ ਤੁਸੀਂ ਆਪਣੀ ਗੱਲ ਕਿਸੇ ਨੂੰ ਕਹਿ ਸਕੋ ਆਪਣੀ ਗੱਲ ਸਮਝਾ ਸਕੋ ਹੁਣ ਮੇਰੇ ਅੰਦਰ ਨੌਲੇਜ ਦਾ ਭੰਡਾਰ ਹੋਵੇ ਮੈਂ ਆਪਣੀ ਗੱਲ ਕਹਿ ਨਹੀਂ ਸਕਦਾ ਤੁਹਾਨੂੰ ਮੈਂ ਤੁਹਾਨੂੰ ਆਪਣੀ ਗੱਲ ਕਹਿ ਨਹੀਂ ਪਾ ਰਿਹਾ ਸਮਝਾ ਨਹੀਂ ਪਾ ਰਿਹਾ ਕਿਆ ਉਸ ਗੱਲ ਦਾ ਫਾਇਦਾ ਹੈ ਕੋਈ ਫਾਇਦਾ ਨਹੀਂ ਅਸਲੀ ਐਜੂਕੇਸ਼ਨ ਦਾ ਮਤਲਬ ਮੈਂ ਇਹੀ ਸਮਝਦਾ ਐਜੂਕੇਸ਼ਨ ਦਾ ਮਤਲਬ ਇਹ ਹੈ ਕਿ ਜਿਹੜੀ ਗੱਲ ਤੁਹਾਨੂੰ ਚੰਗੇ ਮਾੜੇ ਦਾ ਫਰਕ ਦੱਸ ਦੇਵੇ ਮਾੜੇ ਬੰਦੇ ਨੂੰ ਸਾਈਡ 'ਤੇ ਕਰਨ ਦੀ ਤੁਹਾਨੂੰ ਸੋਝੀ ਬਖਸ਼ ਦੇਵੇ ਇਸ ਤੋਂ ਵਧੀਆ ਮਤਲਬ ਇਹੀ ਅਸਲ ਐਜੂਕੇਸ਼ਨ ਇਹੀ ਹੋ ਸਕਦੀ ਹੈ ਇਹ ਘੱਟ ਲੋਕਾਂ ਕੋਲ ਅੱਗੇ ਜਿਹੜੇ ਹੁਨਰਮੰਦ ਲੋਕ ਹੈ ਜਿਹਨੂੰ ਸਕਿੱਲ ਕਹਿੰਦੇ ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਅੱਜ ਦੀ ਡੇਟ ਦੇ ਵਿੱਚ ਡਿਗਰੀ ਨਾਲੋਂ ਸਕਿੱਲ ਜ਼ਿਆਦਾ ਕਾਮਯਾਬ ਹੋ ਰਿਹਾ ਪਹਿਲਾਂ ਇਹ 1960 ਨਹੀਂ ਚੱਲ ਰਿਹਾ ਕਿ ਕਿਸੇ ਬੰਦੇ ਨੇ 10ਵੀਂ ਕੀਤੀ ਹੈ ਜੀ ਉਹਨੂੰ ਘਰੋਂ ਚੱਕ ਲੈ ਕੇ ਪਟੋਰੀ ਲਾਤਾ ਵੀ ਪਤਾ ਬੰਦੇ ਲੱਭਦੇ ਨਹੀਂ ਸੀ ਹੁਣ ਤਾਂ ਇੱਕ ਪੋਸਟ ਹੋਵੇ ਤਾਂ 10,000 ਬੰਦੇ ਦੀ ਐਪਲੀਕੇਸ਼ਨ ਆ ਜਾਂਦੀ 10,000 ਬੰਦੇ ਦੀ ਐਪਲੀਕੇਸ਼ਨ ਮਤਲਬ ਹੁਣ 1960 ਵਾਲਾ 1940 ਵਾਲਾ ਜ਼ਮਾਨਾ ਨਹੀਂ ਹੈ ਹੁਣ ਜ਼ਮਾਨਾ ਬਹੁਤ ਐਡਵਾਂਸ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੁਣ ਤਾਂ ਬਹੁਤ ਚੀਜ਼ਾਂ ਦੇਖਣੀਆਂ ਪੈਣਗੀਆਂ ਬਹੁਤ ਚੀਜ਼ਾਂ ਕਰਨੀਆਂ ਪੈਣਗੀਆਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਮੱਥਾ ਮਾਰਨਾ ਪਏਗਾ ਮੱਥਾ ਮਾਰਨਾ ਇੱਕ ਸਕਿੱਲਡ ਮੁੰਡੇ ਕੁੜੀਆਂ ਨੇਗੀਆਂ ਮੈਂ ਵਾਰੀ ਉਸ ਗੱਲ 'ਤੇ ਆਉਣਾ ਮਤਲਬ ਇੱਕ ਮੁੰਡਾ ਹੁਨਰਮੰਦ ਹੈ ਜਾਂ ਕੁੜੀ ਹੁਨਰਮੰਦ ਹੈ ਜਦੋਂ ਉਹਦੀ ਗੱਲ ਰਿਸ਼ਤੇ ਦੀ ਚੱਲਦੀ ਹੈ ਤਾਂ ਮੁੰਡੇ ਵਾਲੇ ਕਈ ਭਾਲਦੇ ਨੇ ਸਰਕਾਰੀ ਨੌਕਰੀ ਲਈ ਹੋਵੇ ਅਤੇ ਕੁੜੀਆਂ ਦੀ ਬੜੀ ਵੱਡੀ ਸਮੱਸਿਆ ਮੁੰਡਾ ਚਾਹੇ 2,00,000 ਪਾਉਂਦਾ ਹੋਵੇ ਮਹੀਨੇ ਦਾ ਅਤੇ ਕਹਿਣਗੇ ਸਰਕਾਰੀ ਨੌਕਰੀ ਤਾਂ ਹੈ ਨਹੀਂ ਗੀ ਅਤੇ ਫਿਰ ਉਸ ਇਹੋ ਜਿਹੀ ਡਿਗਰੀ ਦਾ ਫਾਇਦਾ ਕੀ ਹੈ ਜਿਹੜਾ ਮਾਂ ਬਾਪ ਇਹ ਨਹੀਂ ਸੋਚ ਰਿਹਾ ਕਿ ਮੈਂ ਜਿਹੜਾ ਬੱਚਾ ਆਪਣੀ ਬੇਟੀ ਵਾਸਤੇ ਦੇਖ ਰਿਹਾ ਉਹ 2,00,000 ਰੁਪਏ ਦਾ ਕਾਰੀਗਰ ਹੈ ਉਹਨੂੰ ਉਹ ਬੰਦਾ ਚਾਹੀਦਾ ਜਿਹੜਾ 30,000 ਰੁਪਏ ਸਰਕਾਰੀ ਨੌਕਰੀ ਲੈਂਦਾ ਹੋਵੇ ਇਹਦਾ ਮਤਲਬ ਕੀ ਹੋ ਗਿਆ ਇੱਕ ਤਾਂ ਹੁੰਦਾ ਨਾ ਪੈਰ 'ਤੇ ਕੁਹਾੜੀ ਮਾਰਨੀ ਇੱਕ ਹੁੰਦਾ ਕੁਹਾੜੀ ਨੂੰ ਉਲਟਾ ਕਰਕੇ ਰੱਖ ਲਿਆ ਆਪਣਾ ਪੈਰ ਮਾਰਿਆ ਉਹਦੇ 'ਤੇ ਇਹ ਕੁਹਾੜੀ 'ਤੇ ਪੈਰ ਮਾਰਨ ਵਾਲਾ ਕੰਮ ਹੈ ਇਹ ਵਿਚਾਰੇ ਆ ਬੰਦੇ ਉਹ ਵਿਚਾਰੇ ਆ ਮੈਂ ਉਹਨਾਂ ਨੂੰ ਵਿਚਾਰੇ ਕਹਿੰਦਾ ਵੀ ਮੰਦ ਬੁੱਧੀ ਬੰਦੇ ਆ ਉਹ ਜਿਹੜੇ ਆਹ ਚੀਜ਼ ਨਹੀਂ ਸੋਚ ਸਕਦੇ ਜਿਹਨੂੰ ਆਪਣੇ ਬੱਚੇ ਦਾ ਹੀ ਨਹੀਂ ਪਤਾ ਹੁਣ ਮੈਂ ਆਪਣੀ ਬੇਟੀ ਦਾ ਜਦੋਂ ਰਿਸ਼ਤਾ ਕੀਤਾ ਕੁਛ ਨਹੀਂ ਦੇਖਿਆ ਮੈਨੂੰ ਤੁਸੀਂ ਯਕੀਨ ਨਹੀਂ ਕਰਨਾ ਮੈਂ ਅੱਜ ਤੱਕ ਉਹ ਮੁੰਡੇ ਦਾ ਪਿੰਡ ਵੀ ਨਹੀਂ ਦੇਖਿਆ 8 ਸਾਲ ਹੋ ਗਏ ਵਿਆਹ ਮੈਨੂੰ ਮੈਂ 8 ਸਾਲ ਦੇ ਵਿੱਚ ਉਹਦੇ ਪਿੰਡ ਵੀ ਨਹੀਂ ਗਿਆ ਬੇਟੀ ਦੇ ਸਹੁਰੇ ਪਿੰਡ ਨਹੀਂ ਗਿਆ ਉਹ ਇੱਥੇ ਰਹਿੰਦੇ ਇੱਥੇ ਹੀ ਮਤਲਬ ਜੋ ਵੀ ਹੈ ਮਾੜਾ ਮੋਟਾ ਗੱਲਬਾਤ ਹੁੰਦੀ ਰਹੀ ਹੈ ਸਾਡੀ ਗੱਲਬਾਤ ਹੁੰਦੀ ਹੈ ਇੱਥੇ ਰਹਿੰਦੇ ਮਿਲਦੇ ਜੁਲਦੇ ਹਾਂ ਪਿੰਡ ਕਿਉਂ ਨਹੀਂ ਗਿਆ ਕਿਉਂਕਿ ਮੈਂ ਉਹ ਮੁੰਡੇ ਦਾ ਦੇਖਿਆ ਸੀ ਉਹ ਜਿੰਮ ਚਲਾਉਂਦਾ ਸੀ ਮਤਲਬ ਜਿੰਮ ਜਾਣਾ ਤੜਕੇ 4 ਵਜੇ ਉੱਠ ਕੇ ਉਹਨੇ ਜਿੰਮ ਖੋਲ੍ਹਣਾ ਮੈਂ ਇਹ ਸਮਝਦਾ ਵੀ ਜਿਹੜਾ ਬੱਚਾ 4 ਵਜੇ ਉੱਠ ਕੇ ਆਪਣੇ ਕੰਮ 'ਤੇ ਜਾ ਸਕਦਾ ਉਹ ਮੇਰੀ ਕੁੜੀ ਨੂੰ ਭੁੱਖਾ ਨਹੀਂ ਮਾਰ ਸਕਦਾ ਸਹੀ ਗੱਲ ਕਈ ਬੰਦੇ ਨੂੰ ਮੇਰੇ ਗੱਲ ਤੋਂ ਹੈਰਾਨ ਵੀ ਹੋਏ ਬੰਦੇ ਕਿ ਚੰਗਾ ਬੰਦਾ ਯਾਰ ਤੂੰ ਆਪਣੇ ਮੈਨੂੰ ਲੋੜ ਹੀ ਨਹੀਂ ਜੇ ਮੈਂ ਉਹਦੀ ਮੈਂ ਪ੍ਰੋਪਰਟੀ ਦੇਖਣੀ ਹੋਵੇ ਕੋਈ ਹੋਰ ਦੇਖਣਾ ਹੁਣ ਮੈਂ ਲਾ ਲਓ 25 ਸਾਲ ਪਹਿਲਾਂ ਮੇਰੇ ਕੋਲ ਕੀ ਸੀਗਾ ਸਾਨੂੰ ਵੀ ਤਾਂ ਕੁੜੀ ਦਿੱਤੀ ਹੈ ਕਿਸੇ ਨੇ ਕੀ ਦੇਖ ਕੇ ਦਿੱਤੀ ਹੈ ਵੀ ਬਾਈ ਇਹ ਬੰਦਾ ਮਿਹਨਤੀ ਹੈ ਨੱਠ ਭੱਜ ਕਰਨ ਵਾਲਾ ਇਹ ਆਪੇ ਕਰ ਲੂਗਾ ਇੱਕ ਉਹ ਹੈਗਾ ਨਾ ਪੂਤ ਮਤਲਬ ਪੂਤ ਕਪੂਤ ਧਨ ਕਿਉਂ ਸਿੱਚੈ ਪੂਤ ਸਪੂਤ ਧਨ ਕਿਉਂ ਸਿੱਚੈ ਵੀ ਜੇ ਪੁੱਤ ਕਪੂਤ ਹੈ ਤਾਂ ਵੀ ਪੈਸੇ ਨਹੀਂ ਕਮਾਉਣੇ ਚਾਹੀਦੇ ਜੇ ਪੁੱਤ ਸਪੁੱਤ ਹੈ
ਤਾਂ ਵੀ ਨਹੀਂ ਕਮਾਉਣੇ ਚਾਹੀਦੇ। ਜੇ ਸਪੂਤ ਹੈ ਤਾਂ ਉਹ ਪੈਸੇ ਕਮਾ ਲਏਗਾ, ਜੇ ਕਪੂਤ ਹੈ ਉਹ ਤੁਹਾਡੇ ਕਮਾਏ ਫਿਰ ਸਾਲਾ ਉਡਾ ਦੇਗਾ ਉਹਨੂੰ। ਗੱਲ ਤਾਂ ਸਿਰਫ ਇਹ ਦੇਖਣੀ ਹੈ ਕਿ ਬੱਚੇ ਦੇ ਵਿੱਚ ਕੁਆਲਿਟੀ ਕੀ ਹੈ ਯਾਰ, ਮਿਹਨਤ ਕਿੰਨੀ ਕਰ ਸਕਦਾ, ਉਹ ਕਿੰਨਾ ਚੱਲ ਸਕਦਾ। ਮੇਰਾ ਜਿਹੜਾ ਸਾਨੂੰ ਲਾ ਮੋਹਾਲੀ ਤੋਂ ਲੈ ਕੇ ਨਾਢਾ ਸਾਹਿਬ 20 ਕਿਲੋਮੀਟਰ ਹੈ, ਉਹ ਦੌੜ ਕੇ ਜਾ ਕੇ ਮੱਥਾ ਟੇਕ ਕੇ ਵਾਪਸ ਆ ਜਾਂਦਾ। ਮਤਲਬ ਮੈਂ ਇਹ ਚੀਜ਼ ਦੇਖੀ ਕਿ ਯਾਰ ਜਿਹੜਾ ਬੰਦਾ ਇੰਨਾ ਫਿਜ਼ੀਕਲੀ ਹਾਰਡ ਵਰਕ ਕਰ ਸਕਦਾ, ਉਹ ਬੰਦਾ ਰੋਟੀ ਤਾਂ ਕਿਤੇ ਜਾਂਦੀ ਨਹੀਂ ਨਾ। ਅੱਛਾ, ਘਰ ਜ਼ਮੀਨ ਵੀ ਹੈਗੀ, ਸਭ ਕੁਛ ਹੈਗਾ, ਲੇਕਿਨ ਠੀਕ ਹੈ, ਮੈਂ ਕਦੇ ਵੀ ਅੱਜ ਤੱਕ ਉਹਨਾਂ ਨਾਲ ਉਹ ਨਹੀਂ ਕੀਤਾ ਵੀ ਮੈਨੂੰ ਤੁਸੀਂ ਫਰਦਾਂ ਦਿਖਾਓ ਜੀ, ਮੈਨੂੰ ਆਹ ਦਿਖਾਓ। ਮੈਂ ਤਾਂ ਕੁੜੀ, ਮਤਲਬ ਮੁੰਡੇ ਦੀ ਭੈਣ ਨੂੰ ਮਿਲਿਆ, ਮੁੰਡੇ ਦੇ ਭਰਾ ਨੂੰ ਮਿਲਿਆ ਜੀ, ਮੁੰਡੇ ਦੇ ਭਣੂਈਏ ਨੂੰ ਮਿਲਿਆ, ਮੈਨੂੰ ਠੀਕ ਲੱਗਿਆ, ਮੁੰਡੇ ਦੀ ਮਾਂ ਨੂੰ ਮਿਲਿਆ, ਰਿਸ਼ਤਾ ਕਰਤਾ, ਵਿਆਹ ਕਰਤਾ। ਪਿੰਡ ਅੱਜ ਤੱਕ ਨਹੀਂ, ਉਹਦੇ ਚਾਚੇ ਦਾ ਇਹਨੂੰ ਅੱਜ ਤੱਕ ਨਹੀਂ ਮਿਲਿਆ। ਮੈਂ ਮੇਰੀ ਸੋਚ ਹੈ, ਯੂਪੀ ਬਿਹਾਰ ਦੇ ਲੋਕ ਇੱਥੇ ਕੰਮ ਕਰਦੇ ਨੇ, ਬਹੁਤ ਵੱਡੇ ਪੱਧਰ 'ਤੇ ਕਰਦੇ ਨੇ। ਉਹਨਾਂ ਦੇ ਮੁਕਾਬਲਤਨ ਆਪਣੇ ਉਹ ਕਿੱਤੇ, ਜਿਵੇਂ ਬੁਟੀਕ ਦਾ ਕੰਮ ਦੇਖਦੇ ਹਾਂ ਆਪਾਂ, ਕੁਲਚੇ, ਬਰਗਰ, ਨਿਊਡਲ, ਫਾਸਟ ਫੂਡ, ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਕਰਦੇ ਨੇ। ਆਪਣੇ ਵਾਲੇ ਕੀ ਨੇ ਇੱਥੇ, ਇਹਨੂੰ ਕੰਮ ਚੋਰ ਕਹੋਗੇ ਜਾਂ ਕਰਨਾ ਨਹੀਂ ਚਾਹੁੰਦੇ ਉਹ, ਜਾਂ ਉਹੀ ਫਰਕ ਹੈ ਵੀ ਲੋਕ ਕੀ ਕਹਿਣਗੇ, ਸਾਡੀ ਠੁੱਕ 'ਚ ਫਰਕ ਪੈਂਦਾ ਹੈਗਾ, ਉਹ ਕਿਉਂ ਇਹਨੂੰ ਕਿਵੇਂ ਦੇਖਦੇ ਫਿਰ? ਸੁਖੀ, ਇਹ ਤਾਂ ਮੈਂ ਸਮਝਦਾ ਵੀ ਸਾਡੇ ਪਰਵਰਿਸ਼ ਦੇ ਵਿੱਚ ਪ੍ਰੋਬਲਮ ਹੈ। ਅਸੀਂ ਲੋਕ, ਪੰਜਾਬੀ ਲੋਕ, ਅਸੀਂ ਬੱਚੇ ਪੈਦਾ ਨਹੀਂ ਕਰ ਰਹੇ, ਅਸੀਂ ਆਪਣੇ ਬਾਪ ਪੈਦਾ ਕਰ ਰਹੇ ਹਾਂ। ਬੱਚੇ ਨੂੰ ਮਾੜੀ ਜਿਹੀ ਗੱਲ ਹੋਣ ਹੀ ਨਹੀਂ ਦਿੰਦੇ ਉਹਨੂੰ। ਉਹ ਤਾਂ ਜਿਹੜਾ ਮਰਜ਼ੀ ਕੰਮ ਹੋਵੇ ਅਸੀਂ ਨੱਠ ਨੱਠ ਕੇ ਕਰਾਂਗੇ। ਜੇ ਸਕੂਲੋਂ ਹੋਮਵਰਕ ਮਿਲਿਆ ਤਾਂ ਵੀ ਅਸੀਂ ਕਰਕੇ ਦੇਵਾਂਗੇ, ਜੇ ਸਕੂਲੋਂ ਕੋਈ ਪ੍ਰੋਜੈਕਟ ਮਿਲਿਆ ਤਾਂ ਵੀ ਅਸੀਂ ਕਰਕੇ ਦੇਵਾਂਗੇ। ਸਕੂਲੋਂ ਪ੍ਰੋਜੈਕਟ ਤਾਂ ਦਿੱਤਾ ਉਹਨੂੰ ਬੱਚੇ ਨੂੰ ਕਿ ਬੱਚਾ ਜੇ ਸਕੂਲ ਪ੍ਰੋਜੈਕਟ ਕਰੇਗਾ ਤਾਂ ਇਹਦਾ ਮੈਂਟਲ ਡਿਵੈਲਪਮੈਂਟ ਹੋਏਗੀ, ਇਹਦਾ ਦਿਮਾਗ ਵਿਕਸਿਤ ਹੋਏਗਾ। ਉਹ ਦਿਮਾਗ ਵਿਕਸਿਤ ਹੋਣਾ ਤਾਂ ਜੇ ਬੱਚਾ ਆਪ ਕਰੇਗਾ। ਹੁਣ ਬੱਚਾ ਲਿਆ ਕੇ ਜਾ ਦੱਸਦਾ ਆਪਣੀ ਮਾਂ ਨੂੰ ਵੀ ਮੈਨੂੰ ਆਹ ਮਿਲਿਆ, ਮਾਂ ਚੱਕ ਕੇ ਮੋਹਾਲੀ ਦੇ ਵਿੱਚ ਮੈਂ ਕਲਚਰ ਦੇਖਿਆ। ਜਿਹੜੇ ਇੱਥੇ ਲੋਕ ਪੈਸੇ ਲੈ ਕੇ ਇਹੋ ਜਿਹੇ ਪ੍ਰੋਜੈਕਟ ਬਣਾਉਂਦੇ, ਉਹਨਾਂ ਤੋਂ ਜਾ ਕੇ ਪ੍ਰੋਜੈਕਟ ਲੈ ਕੇ ਬਣਾ ਕੇ ਦੂਜੇ ਦਿਨ ਸਬਮਿਟ ਕਰ ਦਿੰਦੇ ਸਕੂਲ 'ਚ। ਜੀ ਜੀ ਜੀ, ਜਦ ਸਬਮਿਟ ਹੋ ਗਿਆ ਮਤਲਬ ਟੀਚਰ ਦੀ ਅੱਖਾਂ 'ਚ ਘੱਟਾ ਪਾਤਾ ਤੁਸੀਂ। ਅਧਿਆਪਕ ਨੂੰ ਤਾਂ ਹੀ ਪਤਾ ਲੱਗਦਾ ਨਾ ਵੀ ਤੁਹਾਡੇ ਤੋਂ ਬਣਿਆ ਨਹੀਂ। ਅਧਿਆਪਕ ਤਾਂ ਹੀ ਤੁਹਾਡੇ 'ਤੇ ਦੁਬਾਰਾ ਜ਼ੋਰ ਲਾਉਂਦਾ ਵੀ ਯਾਰ ਤੇਰੇ ਤੋਂ ਬਣਿਆ ਨਹੀਂ, ਵੀ ਇੱਦਾਂ ਨਹੀਂ ਇੱਦਾਂ ਹੋਣਾ। ਤੁਸੀਂ ਪ੍ਰੋਫੈਸ਼ਨਲ ਬੰਦੇ ਨੂੰ ਲੈ ਕੇ ਪਰਫੈਕਟ ਬਣਾ ਕੇ ਰੱਖਤਾ, ਟੀਚਰ ਨੂੰ ਹੋ ਗਿਆ ਵੀ ਯਾਰ ਇਹਨੂੰ ਤਾਂ ਆਉਂਦਾ ਸਾਰਾ ਕੁਛ, ਟੀਚਰ ਕਹਿੰਦਾ ਚੱਲ ਅਗਲੇ ਅੱਗੇ ਚਲੋ, ਅੱਗੇ ਫਿਰ ਇਹੀ ਹਾਲ। ਜਿਹੜੇ ਬੱਚੇ, ਸਾਡੇ ਬੱਚੇ ਪੈਦਾ ਹੋ ਰਹੇ ਹੈ, ਮਾਂ ਬਾਪ ਉਹਨਾਂ ਨੂੰ ਪਿੰਜਰੇ ਦੇ ਸ਼ੇਰ ਬਣਾ ਰਹੇ ਹੈ। ਜਿਵੇਂ ਪਿੰਜਰੇ ਦੇ ਸ਼ੇਰਾਂ ਨੂੰ ਪਿੰਜਰੇ ਦੇ ਵਿੱਚ ਹੀ ਮੀਟ ਦਿੱਤਾ ਜਾਂਦਾ, ਉੱਥੇ ਹੀ ਉਹ ਖਾ ਕੇ ਪਿਆ ਰਹਿੰਦਾ ਉਹ ਜੀ। ਲੇਕਿਨ ਜਦੋਂ ਸ਼ੇਰ ਦੇ ਪਿੰਜਰੇ ਦੇ ਸ਼ੇਰ ਨੂੰ ਜੰਗਲ ਦੇ ਵਿੱਚ ਛੱਡਿਆ ਗਿਆ, ਹਿਰਨ ਦੇ ਪਿੱਛੇ ਭੱਜਣ ਵਾਸਤੇ ਕੀਤਾ ਗਿਆ, ਤਾਂ ਹਿਰਨ ਦੀ ਸਪੀਡ ਉਹਦੇ ਨਾਲੋਂ ਜ਼ਿਆਦਾ ਸੀ, ਉਹ ਸ਼ੇਰ ਥੱਕ ਗਿਆ, ਹਿਰਨ ਭੱਜ ਕੇ ਨਿਕਲ ਗਿਆ, ਉਹ ਹਿਰਨ ਦਾ ਸ਼ਿਕਾਰ ਹੀ ਨਹੀਂ ਕਰ ਸਕਿਆ ਜੀ ਜੀ। ਫਿਰ ਕੀ ਹੋਇਆ, ਜਿਹੜੇ ਛੋਟੇ ਛੋਟੇ ਭੇੜੀਏ ਜਿਹੇ ਕੁੱਤੇ, ਜਿਹੜੇ ਉਹ ਕਹਿੰਦੇ ਆ ਕੁੱਤੇ ਵਗੈਰਾ, ਜੰਗਲੀ ਕੁੱਤੇ, ਉਹਨਾਂ ਨੇ ਹੀ ਸ਼ੇਰ ਦਾ ਸ਼ਿਕਾਰ ਕਰ ਲਿਆ। ਉਹ ਕਾਰਨ ਇਹੀ ਕਿ ਉਹ ਮਿਹਨਤ ਕਰਨ ਦੀ ਆਦਤ ਨਹੀਂ ਸੀ ਉਹਨਾਂ 'ਚ, ਉਹ ਸ਼ੇਰ ਦੇ ਵਿੱਚ ਮਿਹਨਤ ਕਰਨ ਦੀ ਆਦਤ ਨਹੀਂ ਸੀ। ਅਸੀਂ ਵੀ ਆਪਣੇ ਬੱਚਿਆਂ ਨੂੰ ਇਹੀ ਚਾਹੁੰਦੇ ਹਾਂ। ਮੈਂ ਜੇ ਹੁਣ ਆਪਣੇ ਬੱਚਿਆਂ ਨੂੰ ਮੈਂ ਕਹਿੰਦਾ ਆਪਣੇ ਬੇਟਿਆਂ ਨੂੰ ਵੀ ਜਾ ਯਾਰ ਆਹ ਕੰਮ ਕਰਕੇ ਆਹ ਕਰ, ਉਹ ਵਾਈਫ ਕਹਿੰਦੇ ਨਹੀਂ, ਕਿਸੇ ਨੂੰ ਕਿਤੇ ਛੱਡੋ ਪਰੇ, ਨਿਆਣੇ ਆ ਆਹ ਤੁਸੀਂ ਕਰ ਲਓ, ਬਾਅਦ 'ਚ ਕਰਨੇ, ਸਾਰੀ ਉਮਰ ਕਰਨਾ ਹੀ ਆ ਇਹਨਾਂ ਨੇ। ਯਾਰ ਸਾਰੀ ਉਮਰ ਕਦੋਂ ਕਰਨਗੇ, ਕਦੇ ਤਾਂ ਕੋਈ ਤਾਂ ਮੂਰਤ ਘਟਾ ਦਿਓ ਨਾ, ਕੋਈ ਤਾਂ ਜੋਸ਼ ਮੂਰਤ ਘਟਾ ਦਿਓ ਨਾ ਵੀ ਕਿਹੜੇ ਦਿਨ ਤੋਂ ਇਹਨਾਂ ਨੇ ਸ਼ੁਰੂ ਕਰਨਾ ਕੰਮ, ਉਹ ਕਰਨ ਨਹੀਂ ਦਿੰਦੇ। ਇਸ ਕਰਕੇ ਆਹ ਜਿਹੜੀਆਂ ਦਿੱਕਤਾਂ ਹੈਗੀਆਂ ਇਹ ਤੁਹਾਨੂੰ ਆਉਣਗੀਆਂ, ਆਉਣ ਵਾਲੇ ਟਾਈਮ 'ਚ ਹੋਰ ਵੱਡੀਆਂ ਆਉਣਗੀਆਂ ਜੀ। ਤੁਸੀਂ ਸੁਣਿਆ
ਕੈਰੀਅਰ ਕੋਚ ਰਾਜਵੰਤ ਸਿੰਘ ਮੋਹਾਲੀ ਜੀ ਨੂੰ। ਲਗਾਤਾਰ ਜ਼ਿੰਦਗੀ ਨਾਲ ਜੁੜੇ ਹੋਏ ਬਹੁਤ ਸਾਰੇ ਵਿਸ਼ੇ ਨੇ। ਆਖਰ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਉਹਨਾਂ ਦੇ ਸ਼ਿਕਾਰ ਵੀ ਹੁੰਦੇ ਹਾਂ ਅਤੇ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਅਸੀਂ ਕਰ ਵੀ ਕੀ ਰਹੇ ਹਾਂ। ਸੋ ਜੁੜੇ ਰਹੋ ਟਾਕ ਵਿਦ ਰਾਜਵੰਤ ਦੇ ਨਾਲ।